ਸਤਿ ਸ਼੍ਰੀ ਅਕਾਲ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਤੁਸੀਂ ਇਸ ਸ਼ੋਅ ਦੇ ਨਾਲ ਇੱਕ ਉਮੀਦ ਨਾਲ ਜੁੜਦੇ ਹੋ ਵੀ ਤੁਹਾਨੂੰ ਹਰ ਜਾਣਕਾਰੀ ਜਿਹੜੀ ਹੈ ਸਟੂਡੈਂਟ ਵੀਜ਼ਾ ਸੰਬੰਧੀ ਸਹੀ ਅਤੇ ਸਹੀ ਜਿਹੜੇ ਸਮੇਂ 'ਤੇ ਪਹੁੰਚੇਗੀ। ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਹੈ, ਤਾਂ ਹੀ ਅਸੀਂ ਹਰ ਰੋਜ਼ ਇੱਕ ਨਵੇਂ ਟੋਪਿਕ ਨੂੰ ਲੈ ਕੇ ਨਵੇਂ ਐਕਸਪਰਟ ਨੂੰ ਸੱਦਾ ਦਿੰਦੇ ਹਾਂ। ਅੱਜ ਤੁਹਾਨੂੰ ਪਤਾ ਸੋਮਵਾਰ ਵਾਲੇ ਦਿਨ ਇਹ ਜਿਹੜੇ ਸਮੇਂ ਦੇ ਵਿੱਚ ਸਾਡੇ ਨਾਲ ਕੈਨੇਡਾ ਦੇ ਹੀ ਐਕਸਪਰਟ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਆਪਣੀ ਸਰਵਿਸਿਜ਼ ਦਿੱਤੀਆਂ ਅਤੇ ਕਾਫੀ ਬੱਚਿਆਂ ਨੂੰ ਐਬਰੋਡ ਭੇਜਿਆ, ਇੱਕ ਸਹੀ ਜਾਣਕਾਰੀ ਦੇ ਕੇ ਉਹ ਸਾਡੇ ਨਾਲ ਮੌਜੂਦ ਰਹਿੰਦੇ ਨੇ। ਮੇਰੇ ਕਹਿਣ ਤੋਂ ਭਾਵ ਮੇਰੇ ਨਾਲ ਮੌਜੂਦ ਅੱਜ ਦੇ ਸ਼ੋਅ ਦੇ ਵਿੱਚ ਐਜ਼ ਐਕਸਪਰਟ ਜਿਹੜੇ ਕੈਨੇਡਾ ਜਾਣਕਾਰੀ ਦੇਣਗੇ, ਉਹਨੇ ਜੀ ਰੈਫਲਜ਼ ਐਜੂਸਿਟੀ ਤੋਂ ਸਵਰਨ ਸੰਧੂ ਜੀ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੰਧੂ ਸਾਹਿਬ ਜਦੋਂ ਵੀ ਸਾਡੇ ਨਾਲ ਜੁੜਦੇ ਆ, ਬੜੀ ਟ੍ਰਾਂਸਪੇਰੈਂਸੀ ਨਾਲ ਗੱਲ ਹੁੰਦੀ ਹੈ। ਸਟੂਡੈਂਟਸ ਲਈ, ਪੇਰੈਂਟਸ ਲਈ ਤਾਂ ਬਹੁਤ ਚੰਗੀਆਂ ਗੱਲਾਂ ਹੁੰਦੀਆਂ, ਪਰ ਕਈਆਂ ਨੂੰ ਮਾੜੀਆਂ ਲੱਗਦੀਆਂ ਜਿਹੜੇ ਏਜੰਟਸ ਹੁੰਦੇ ਆ, ਬਿਕੋਜ਼ ਉਹ ਬਿਲਕੁਲ ਸੱਚ ਦੱਸਦੇ ਆ। ਅੱਜ ਵੀ ਇਹੀ ਕੋਸ਼ਿਸ਼ ਕਰਾਂਗੇ ਕੈਨੇਡਾ ਨੂੰ ਲੈ ਕੇ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਸਹੀ ਪਹੁੰਚਾ ਪਾਈਏ। ਕੋਈ ਐਸਾ ਸਵਾਲ ਜਿਹੜਾ ਅਸੀਂ ਨਹੀਂ ਪੁੱਛ ਪਾ ਰਹੇ, ਤੁਸੀਂ ਪੁੱਛਣਾ ਚਾਹੁੰਦੇ ਹੋ ਆਪਣੇ ਪ੍ਰੋਫਾਈਲ ਦੇ ਰਿਲੇਟਡ, ਉਹ ਸਵਰਨ ਸੰਧੂ ਜੀ ਦੀ ਟੀਮ ਦੇ ਨੰਬਰ ਚੱਲ ਰਹੇ ਨੇ, ਉਹਨਾਂ 'ਤੇ ਕਾਲ ਕਰਕੇ ਆਪਣਾ ਤੁਸੀਂ ਰਾਬਤਾ ਕਾਇਮ ਕਰ ਸਕਦੇ। ਸੰਧੂ ਸਾਹਿਬ, ਫੈਬ ਸ਼ੁਰੂ ਹੋ ਗਿਆ, ਚੇਂਜਿਸ ਹਾਲੇ ਤੱਕ ਕੋਈ ਇੰਪਲੀਮੈਂਟ ਨਹੀਂ ਹੋਈਆਂ, ਉਸ ਚੀਜ਼ ਨੂੰ ਲੈ ਕੇ ਕੋਈ ਖਾਸ ਜਾਣਕਾਰੀ? ਉਹਦੇ ਲਈ ਹੀ ਸੈਮੀਨਾਰਸ ਔਰਗੇਨਾਈਜ਼ ਕਰ ਰਹੇ ਹਾਂ ਜੀ। ਬੱਚਿਆਂ ਨੂੰ ਨਾ ਕਨਫਿਊਜ਼ਨ ਬਹੁਤ ਹੋਈ ਪਈ ਸੀ ਅਮਨ ਭਾਅ ਜੀ, ਜਿਹੜੇ ਉਹਨਾਂ ਸੈਮੀਨਾਰਸ ਸਾਡੇ ਹੋਣੇ ਆ, ਹੁਣ 14 ਤੋਂ ਸਟਾਰਟ ਨੇ। ਬਹੁਤ ਸਾਰੇ ਕਾਲਜਿਸ ਨੇ ਮੰਨ ਲਿਆ ਕਿ ਚੇਂਜਿਸ ਹੋ ਗਈਆਂ, ਓਕੇ, ਬਹੁਤ ਸਾਰੇ ਕਾਲਜਿਸ ਨੇ ਨਹੀਂ ਮੰਨਿਆ ਕਿ ਚੇਂਜਿਸ ਹੋਈਆਂ। ਬਟ ਕਾਲਜਿਸ ਦੇ ਦੋਨੋਂ ਤਰ੍ਹਾਂ ਦੇ ਜਿਹੜੇ ਕਾਲਜਿਸ ਨੇ ਉਹਨਾਂ ਦੇ ਆਪਣੇ ਆਪਣੇ ਵਰਜ਼ਨ ਨੇ, ਬਟ ਜਿਹੜੇ ਮੇਜਰ ਕਾਲਜਿਸ ਨੇ ਉਹਨਾਂ ਨੇ ਆਈਲੈਟਸ ਬੈਂਡ 'ਤੇ ਜਿਹੜੀ ਫੀਸ ਆ 1 ਈਅਰ ਦੀ, ਉਹਨੂੰ ਕੰਪਲਸਰੀ ਕਰ ਹੀ ਦਿੱਤਾ ਹੋਇਆ। ਸੋ ਬੱਚਿਓ, ਤੁਸੀਂ ਆਪਣੇ ਤਰੀਕੇ ਨਾਲ ਤਿਆਰੀ ਰੱਖੋ, ਨਿਊ ਚੇਂਜਿਸ ਦੇ ਹਿਸਾਬ ਨਾਲ ਹੀ ਤਿਆਰੀ ਰੱਖੋ। ਕੁਛ ਕਾਲਜਿਸ ਨੇ ਜਿਹੜੇ, ਕਿਉਂਕਿ ਦੇਖੋ ਮੇਅ ਤਾਂ ਹੁਣ ਆਲਮੋਸਟ ਬੰਦ ਹੀ ਆ ਸਾਰੇ ਪਾਸੇ, ਤਕਰੀਬਨ ਕੰਪਲੀਟ ਹੋ ਗਿਆ, ਤੁਸੀਂ ਨਵੀਂ ਨਾਲ ਪੁਰਾਣੇ ਨਾਲ ਜਿੱਦਾਂ ਵੀ ਲਗਾਈਆਂ। ਹੁਣ ਇਹ ਜਿਹੜੀਆਂ ਚੇਂਜਿਸ ਹੋਣਗੀਆਂ ਇਹ ਮੈਟਰ ਕਰਨਗੀਆਂ ਸਪਟੈਂਬਰ ਇਨਟੇਕ ਲਈ। ਸੋ ਉਹਦੇ ਲਈ ਤੁਹਾਡੇ ਕੋਲ ਹਜੇ ਟਾਈਮ ਵੀ ਹੈਗਾ ਸਪਟੈਂਬਰ ਇਨਟੇਕ ਲਈ, ਔਰ ਉਦੋਂ ਤੱਕ ਤਾਂ ਬਹੁਤ ਹੀ ਕੁਛ ਕਲੀਅਰ ਹੋ ਜਾਣਾ। ਸੋ ਇਹ ਜਿਹੜੇ ਸਾਡੇ ਸੈਮੀਨਾਰਸ ਅਸੀਂ ਕਰ ਰਹੇ ਹਾਂ ਜੀ, ਮੈਂ ਇੱਕ ਵਾਰ ਦੱਸ ਦੇਵਾਂ, ਫਿਰ ਅਮਨ ਭਾਅ ਜੀ ਨੂੰ ਵੀ ਰਿਕੁਐਸਟ ਕਰੂੰਗਾ, ਉਹ ਵੀ ਤੁਹਾਨੂੰ ਰਿਮਾਈਂਡ ਕਰਵਾ ਦੇਣਗੇ। ਇਹ ਸਕਰੋਲ ਰੂਪ 'ਚ ਵੈਸੇ ਚੱਲ ਵੀ ਰਹੇ ਨੇ, ਅਸੀਂ ਬੋਲ ਵੀ ਦਿੰਦੇ ਹਾਂ ਜੀ। 14 ਤਰੀਕ ਬਠਿੰਡਾ ਆਫਿਸ, ਜਿਹੜਾ ਕਿ ਬਹੁਤ ਵੱਡੀ ਬਿਲਡਿੰਗ ਇੱਕ ਰੈਫਲਸ ਦੀ ਟੀਮ ਵੱਲੋਂ ਲਈ ਗਈ ਹੈ, ਉਸੇ ਆਫਿਸ ਦੇ ਵਿੱਚ ਕਰਵਾਇਆ ਜਾ ਰਿਹਾ ਹੈ। 15 ਤਰੀਕ ਨੂੰ ਅੰਮ੍ਰਿਤਸਰ ਆਫਿਸ, ਰੈਫਲ ਐਜੂਸਿਟੀ ਦੇ ਜਿਹੜੇ ਆਫਿਸ ਦੇ ਵਿੱਚ ਸੈਮੀਨਾਰ ਔਰਗਨਾਈਜ਼ ਕੀਤਾ ਜਾਏਗਾ। 16 ਲੁਧਿਆਣਾ, 17 ਤਰੀਕ ਚੰਡੀਗੜ੍ਹ। ਇਹਦੇ ਕੋਈ ਵੀ ਤੁਸੀਂ ਚਾਰਜਿਸ ਨਹੀਂ ਦੇਣੇ, ਫਰੀ ਆਫ ਕੋਸਟ ਐਂਟਰੀ ਹੈ, ਬਟ ਇੱਕ ਜ਼ਰੂਰਤ ਹੈ ਆਪਣੇ ਕਾਗਜ਼ ਅਤੇ ਪੇਰੈਂਟਸ ਨੂੰ ਲੈ ਕੇ ਜ਼ਰੂਰ ਜਾਣਾ, ਬਿਕੋਜ਼ ਉਹਨਾਂ ਨੂੰ ਸਹੀ ਜਾਣਕਾਰੀ ਹੋਏਗੀ ਤਾਂ ਤੁਹਾਨੂੰ ਗਾਈਡ ਕਰ ਪਾਉਣਗੇ ਜੀ। ਸੰਧੂ ਸਾਹਿਬ, ਇਹ ਇੱਕ ਜਿਹੜਾ ਸੈਮੀਨਾਰ ਦੀ ਇੱਕ ਲੜੀ ਤੁਸੀਂ ਹਮੇਸ਼ਾ ਚਲਾਉਂਦੇ ਹੋ ਆਪਣੇ ਹਰ ਆਫਿਸ ਦੇ ਵਿੱਚ ਜਾ ਕੇ, ਬਾਕੀਆਂ ਦਾ ਦੇਖਿਆ ਵੀ ਬਹੁਤ ਜ਼ਿਆਦਾ ਰਿਪ੍ਰਜੈਂਟੇਟਿਵਸ ਨੂੰ ਸੱਦਾ ਦੇਣਾ, ਉਹਨੂੰ ਇੱਕ ਸੈਮੀਨਾਰ ਕਿਹਾ ਜਾਂਦਾ, ਬਟ ਤੁਸੀਂ ਆਪ ਅਵੇਅਰ ਕਰਦੇ ਹੋ, ਕੀ ਫਰਕ ਦੇਖਦੇ ਹੋ ਦੋਨਾਂ ਦੇ ਵਿੱਚ? ਮੇਲੇ ਭਾਅ ਜੀ, ਉਹਨਾਂ ਨੇ ਤਾਂ ਲਿਖਿਆ ਹੁੰਦਿਆ ਮੇਲਾ, ਵਰਡ ਹੀ ਯੂਜ਼ ਕਰਦੇ ਆ। ਮੈਂ ਤਾਂ ਹਮੇਸ਼ਾ ਹੀ, ਮਤਲਬ ਉਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ, ਬੇਸ਼ਰਮ ਲੋਕ ਨੇ, ਮੇਲੇ ਲਾਉਂਦੇ ਨੇ ਐਜੂਕੇਸ਼ਨ ਦੇ, ਬੱਚਿਆਂ ਦੇ ਫਿਊਚਰ ਦਾ ਮੇਲਾ ਲੱਗ ਰਿਹਾ, ਬੱਚਿਆਂ ਦੇ ਫਿਊਚਰ ਨੂੰ ਵੇਚਿਆ ਜਾ ਰਿਹਾ, ਦੋ ਦੋ ਢਾਈ ਢਾਈ ਤਿੰਨ ਤਿੰਨ ਮਿੰਟ ਦੇ ਵਿੱਚ ਉਹਨਾਂ ਨੂੰ ਵੇਚਿਆ ਜਾ ਰਿਹਾ। ਮੈਨੂੰ ਨਹੀਂ ਸਮਝ ਆ ਰਿਹਾ ਕਿਹੜਾ ਮੇਲਾ, ਮਤਲਬ ਮੇਲਾ ਕਿਹਨੂੰ ਕਹਿੰਦੇ ਨੇ। ਮੈਂ ਜਾਣ ਬੁੱਝ ਕੇ ਹਰ ਵਾਰ ਦੱਸਦਾ ਹੁੰਦਾ ਵੀ ਮੇਲੇ ਕੀ ਹੁੰਦੇ ਆ, ਸਮਝ ਫਿਰ ਵੀ ਕਿਸੇ ਨੂੰ ਨਹੀਂ ਆਉਂਦੀ। ਮੇਲੇ ਦੇ ਵਿੱਚ ਤਾਂ ਫਿਰ ਮੇਲੇ ਵਾਲੀਆਂ ਹੀ ਚੀਜ਼ਾਂ ਮਿਲਦੀਆਂ ਨੇ। ਅਗਰ ਤੁਸੀਂ ਕੋਈ ਮੇਲੇ ਦੇ ਵਿੱਚ ਆਪਾਂ ਦੇਖਦੇ ਹਾਂ, ਆ ਜਿਹੜੇ ਅੱਖਾਂ ਦੇ ਓਪਰੇਸ਼ਨ ਕੈਂਪਾਂ 'ਚ ਹੁੰਦੇ ਨੇ ਜੀ, ਜਾਂ ਜਿਹੜੇ ਫਿਰ ਜੇ ਹਾਰਟ ਦੇ ਓਪਰੇਸ਼ਨ ਕੈਂਪਾਂ 'ਚ ਹੋਣ ਲੱਗ ਜਾਣ, ਵੀ ਉਹ ਇੱਕੋ ਇੱਕ ਹੋਟਲ ਦੇ ਵਿੱਚ 15-20 ਬੱਚਿਆਂ ਬੰਦਿਆਂ ਨੂੰ ਲਟਾ ਕੇ ਹਾਰਟ ਵਾਲੇ ਅਲੱਗ ਅਲੱਗ ਬੰਦੇ ਉੱਥੇ ਓਪਰੇਸ਼ਨ ਕਰਕੇ ਘਰ ਭੇਜ ਦੇਣ, ਇਹ ਨਹੀਂ ਹੁੰਦਾ ਜੀ। ਕੰਸਲਟੈਂਸੀ ਨਹੀਂ ਮੇਲਿਆਂ 'ਚ ਹੋ ਸਕਦੀ। ਇੱਕ ਵਕੀਲ ਇੱਕ ਮੇਲਾ ਲਾ ਲਵੇ ਵੀ ਆ ਜਾਓ, ਜਿਹੜੇ ਜਿਹੜੇ ਲੋਕਾਂ ਦੀਆਂ ਪ੍ਰੋਬਲਮ ਨੇ ਆ ਜਾਓ, ਮੈਂ ਤੁਹਾਨੂੰ ਦੱਸਦਾ, ਮੈਂ ਅੱਗੇ 10 ਆਪਣੇ ਬੰਦੇ ਬਿਠਾਏ ਹੋਏ ਨੇ, ਉਹ ਦੱਸਣਗੇ ਵਕੀਲ, ਕੰਸਲਟੈਂਟ, ਡਾਕਟਰ, ਇਹ ਮੇਲੇ ਨਹੀਂ ਲਾ ਸਕਦੇ, ਇਹ ਆਪ ਕੰਮ ਕਰ ਸਕਦੇ ਆ। ਖੁਦ ਜਿੰਨਾ ਕਰਨਗੇ, ਜਿੰਨੀ ਦੇਰ ਕਰਨਗੇ ਉੱਨੀ ਦੇਰ ਇਹਨਾਂ ਦਾ ਕੰਮ ਚੱਲਣਾ, ਜਿੰਨੀ ਦੇਰ ਨਹੀਂ ਕਰਨਗੇ ਉੱਨੀ ਦੇਰ ਨਹੀਂ ਚੱਲਣਾ। ਜਦੋਂ ਤੱਕ ਸਾਡੀ ਇੰਡਸਟਰੀ ਦੇ ਵਿੱਚ ਜਿਹੜੇ ਐਕਸਪਰਟ ਨੇ ਉਹ ਖੁਦ ਕੰਮ ਕਰ ਰਹੇ ਨੇ, ਬੱਚਿਆਂ ਨੂੰ ਖੁਦ ਮਿਲ ਰਹੇ ਨੇ, ਬੱਚਿਆਂ ਦੀਆਂ ਫਾਈਲਸ ਖੁਦ ਬਣਾ ਰਹੇ ਨੇ, ਉਦੋਂ ਤੱਕ ਤਾਂ ਉਹ ਬੱਚਿਆਂ ਦਾ ਵੀਜ਼ਾ ਵੀ ਆ ਰਿਹਾ ਔਰ ਉਹਨਾਂ ਦਾ ਫਿਊਚਰ ਵੀ ਸੇਫ ਆ। ਹੁਣ ਅਨਸੇਫ ਫਿਊਚਰ ਉਹਨਾਂ ਵੱਡੀਆਂ ਕੰਪਨੀਆਂ ਦੇ ਦਫ਼ਤਰਾਂ 'ਚ ਜਾ ਕੇ ਵੀ ਤੁਹਾਡਾ ਫਿਊਚਰ ਅਨਸੇਫ ਹੀ ਆ। ਆਪਾਂ ਹਮੇਸ਼ਾ ਕਹਿੰਦੇ ਹਾਂ ਨਾ ਅਮਨ ਭਾਅ ਜੀ, ਕਿ ਛੋਟੇ ਛੋਟੇ ਏਜੰਟਾਂ ਦੇ ਦਫ਼ਤਰਾਂ 'ਚ ਨਾ ਜਾਓ, ਬਿਲਕੁਲ ਨਾ ਜਾਓ, ਕਿਉਂਕਿ ਉਹਨਾਂ ਕੋਲ ਤਾਂ ਕੁਛ ਵੀ ਹੈ ਨਹੀਂ, ਉਹਨਾਂ ਕੋਲ ਤਾਂ ਐਕਸਪਰਟੀਜ਼ ਵੀ ਹੈ ਨਹੀਂ, ਡਿਗਰੀ ਵੀ ਹੈ ਨਹੀਂ, ਐਕਸਪੋਜ਼ਰ ਵੀ ਹੈ ਨਹੀਂ ਫੋਰਨ ਦਾ, ਕੰਟਰੈਕਟ ਵੀ ਹੈ ਨਹੀਂ ਕਾਲਜਿਸ ਵਾਲੇ।
ਬਟ ਤੁਸੀਂ ਵੱਡੀ ਕੰਪਨੀ ਦਾ ਨਾਮ ਲੈ ਕੇ ਵੱਡੀਆਂ ਕੰਪਨੀਆਂ ਬਾਰੇ ਸੋਚ ਕੇ ਉਹਨਾਂ ਦੇ ਦਫ਼ਤਰਾਂ 'ਚ ਵੀ ਇਹ ਸੋਚ ਕੇ ਚਲੇ ਜਾਂਦੇ ਹੋ ਕਿ ਇਹ ਕੰਪਨੀ ਵੱਡੀ ਹੈ, ਕੰਪਨੀ ਦਾ ਨਾਮ ਵੱਡਾ ਵਾ। ਨਾਮ ਵੱਡਾ ਹੋਣ ਨਾਲ, ਕੰਪਨੀ ਵੱਡਾ ਵੱਡੀ ਹੋਣ ਨਾਲ, ਉੱਥੋਂ ਜਿਹੜੇ ਲੋਕ ਬੈਠੇ ਨੇ, ਜਿਹੜੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਲੋਕ ਬੈਠੇ ਨੇ, ਜਿਹੜੇ ਫਾਈਲਾਂ ਬਣਾ ਕੇ ਆਪ ਹੀ ਲਾ ਦਿੰਦੇ ਨੇ, ਉਹ ਤੁਹਾਡਾ ਫਿਊਚਰ ਜਿਹੜਾ ਖਰਾਬ ਕਰਦੇ ਨੇ। ਉਹ ਜਿਹੜਾ ਬੰਦਾ ਬੈਠਾ ਕੰਪਨੀ ਦਾ ਓਨਰ, ਜਿਹੜਾ ਸਿਰਫ ਤੇ ਟੀਵੀ ਤੇ ਆਉਂਦਾ, ਟੀਵੀ ਸ਼ੋਅ ਤੇ ਆ ਕੇ ਚਲਾ ਜਾਂਦਾ, ਆਪ ਕੰਮ ਕਰਦਾ ਨਹੀਂ, ਆਪਣੀ ਆਪ ਬੈਠਿਆ ਚੰਡੀਗੜ੍ਹ, ਹੱਡ ਹਰਾਮ ਹਿਲਾਉਣੇ ਹੈ ਨਹੀਂ, ਕਿਤੇ ਤੁਰ ਕੇ ਨਾ ਜਾਣਾ ਪਵੇ, ਕੰਮ ਨਾ ਕਰਨਾ ਪਵੇ, ਧੁੱਪ ਬਹੁਤ ਲੱਗਦੀ ਆ। ਮੈਂ ਦੱਸਿਆ ਜੀ ਭਾਅ ਜੀ, ਮੈਂ ਇੱਕ ਬਹੁਤ ਵੱਡੇ ਮਿਲਿਆ ਸੀਗਾ ਬੰਦੇ ਨੂੰ, ਮਤਲਬ ਉਹ ਤੁਸੀਂ ਦੇਖੋ ਕਹਿੰਦਾ ਮੈਂ ਜਾਂਦਾ ਨਹੀਂ, ਵਰਡਿੰਗ ਦੇਖੋ ਕਿਵੇਂ ਦੀ ਆ, ਮੈਂ ਕਹਿੰਦਾ ਕਿਸੇ ਸੈਮੀਨਾਰਸ ਦੇ ਉੱਪਰ ਆਪ ਨਹੀਂ ਜਾਂਦਾ, ਮੇਰੀ ਟੀਮ ਜਾਂਦੀ ਆ। ਤੁਹਾਨੂੰ ਪਤਾ ਭਾਅ ਜੀ, ਸੈਮੀਨਾਰਸ ਦੇ ਵਿੱਚ ਜਿਹੜੇ ਕੰਪਨੀਜ਼ ਦੇ ਓਨਰ, ਉਹ ਖੁਦ ਜਾਂਦੇ ਹੀ ਨਹੀਂ। ਦੋ ਤਿੰਨ ਰੀਜ਼ਨ ਹੋ ਸਕਦੇ ਆ, ਮੇ ਬੀ ਇੱਕ ਰੀਜ਼ਨ ਹੋ ਸਕਦਾ ਵੀ ਛਿੱਤਰ ਨਾ ਪੈ ਜਾਣ, ਦੂਜੇ ਮੇ ਬੀ ਰੀਜ਼ਨ ਹੋ ਸਕਦੇ ਆ ਵੀ ਕੰਮ ਨਾ ਕਰਨਾ ਪਵੇ, ਆਪ ਨਾ ਜਾਣਾ ਪਵੇ, ਵੀ ਇੱਕ ਆ ਜਾਂਦਾ ਹੁਣ ਤਾਂ ਮੈਂ ਸਵਰਨ ਸੰਧੂ ਬਣ ਗਿਆ, ਹੁਣ ਥੋੜ੍ਹੀ ਮੈਂ ਕੰਮ ਕਰੂੰਗਾ। ਕਿਉਂ ਹੁਣ ਕਿਉਂ ਨਹੀਂ ਕੰਮ ਕਰੇਗਾ, ਜਿਨ੍ਹਾਂ ਨੇ ਬਣਾਇਆ ਉਹਨਾਂ ਲਈ ਤਾਂ ਕਰੋ ਨਾ ਐਟਲੀਸਟ। ਮਤਲਬ ਸਾਡਾ ਕੰਮ ਇਹ ਹੋਣਾ ਚਾਹੀਦਾ ਜੀ ਕਿ ਜਿਨ੍ਹਾਂ ਲੋਕਾਂ ਨੇ ਅੱਜ ਸਾਨੂੰ ਇੱਥੇ ਪਹੁੰਚਾਤਾ, ਅਸੀਂ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰੀਏ, ਅਹਿਸਾਨ ਮੰਦ ਰਹੀਏ ਉਹਨਾਂ ਲੋਕਾਂ ਦੇ, ਐਂਡ ਹੋਰ ਵੱਧ ਕੇ ਕੰਮ ਕਰੀਏ, ਡਾਊਨ ਟੂ ਅਰਥ ਹੋ ਕੇ ਹੋਰ ਜ਼ਿਆਦਾ ਕੰਮ ਕਰੀਏ, ਨਾ ਕਿ ਅਸੀਂ ਜਿੰਨਾ ਸਾਡਾ ਨਾਮ ਉੱਚਾ ਹੁੰਦਾ ਜਾਂਦਾ, ਜਿੰਨਾ ਸਾਡਾ ਕੰਪਨੀ ਦਾ ਬ੍ਰਾਂਡ ਉੱਚਾ ਹੁੰਦਾ ਜਾਂਦਾ, ਉਨਾ ਅਸੀਂ ਆਪ ਲੋਕ ਦੇ ਪਰਦੇ ਦੇ ਪਿੱਛੇ ਹੁੰਦੇ ਜਾਈਏ। ਸੋ ਅੱਜ ਵੀ ਆਪ ਸੈਮੀਨਾਰਸ ਕਰਦਾ ਜੀ, ਅੱਜ ਵੀ ਆਪ ਬੱਚਿਆਂ ਨੂੰ ਮਿਲਦਾ, ਅੱਜ ਵੀ ਆਪ ਬੱਚਿਆਂ ਦੀਆਂ ਫਾਈਲਾਂ ਬਣਾਉਂਦਾ ਜੀ। ਸਦੂ ਸਾਹਿਬ, ਸੈਮੀਨਾਰ ਇੱਕ ਰਿਪ੍ਰੈਜੈਂਟੇਟਿਵ ਨਾ ਕਰਨਾ, ਦੋ ਤਿੰਨ ਚਾਰ ਕਾਲਜ ਆਏ, ਉਹ ਇੱਕ ਲਿਮਿਟੇਸ਼ਨ ਹੋ ਜਾਂਦੀ ਬੱਚੇ ਦੀ, ਜੇ ਸਿਲੈਕਸ਼ਨ ਕਰਨੀ ਹੈ ਚਾਰਾਂ 'ਚੋਂ ਹੀ ਕਰਨੀ ਹੈ, ਬਿਕੋਜ਼ ਜਿਹੜਾ ਕਰਵਾ ਰਿਹਾ ਉਹਨੂੰ ਵੀ ਹੁੰਦਾ ਵੀ ਮੇਰੇ ਟਾਰਗੇਟਸ ਨੇ। ਬਟ ਇੱਕ ਜਦੋਂ ਕੰਸਲਟੈਂਟ ਨੂੰ ਮਿਲਦਾ, ਹੋ ਸਕਦਾ ਉਹਦੇ ਕੋਲ 40 ਕਾਲਜ ਨੇ, 45 ਨੇ, ਜਾਂ ਸਾਰੇ ਹੀ ਨੇ, ਜਾਂ ਯੂਨੀਵਰਸਿਟੀਜ਼ ਵੀ ਹੈਗੀਆਂ, ਉਦੋਂ ਇੱਕ ਫਾਰ ਆਪਸ਼ਨ ਮਿਲਦੀ ਹੈ। ਮੇਰੇ ਹਿਸਾਬ ਨਾਲ ਕੰਸਲਟੈਂਟ ਬੈਟਰ ਗਾਈਡ ਨਹੀਂ ਕਰ ਪਾਏਗਾ ਤੇਰੇ ਲਈ, ਆਹ 4-5 ਕਾਲਜਿਸ ਦੇ ਵਿੱਚ ਆਹ ਕੋਰਸਿਸ ਨੇ, ਸਿਲੈਕਟ ਕਰ, ਸਬਜੈਕਟ ਕੰਟੈਂਟਸ ਦੇਖ, ਬਜਾਏ ਕਿ ਇੱਕ ਧੱਕਣ ਦੇ ਵੀ ਨਹੀਂ ਜਿਹੜਾ ਆਇਆ ਹੋਏ ਇਹਦੇ 'ਚ ਭੇਜ ਦਿਓ। ਦੇਖੋ ਅਮਨ ਬਾਜੀ, ਮੇਰੇ ਕੋਲ ਵੀ 50 ਕਾਲਜਿਸ ਨੇ, ਰੈਫਰਲਸ ਐਡੂਸਿਟੀ ਵੀ 50 ਤੋਂ ਵੱਧ ਕਾਲਜਿਸ ਨੂੰ ਰੀਪ੍ਰਜੈਂਟ ਕਰਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ 50 ਨੂੰ ਲਿਆ ਕੇ ਇੱਥੇ ਬਿਠਾ ਦਈਏ, ਕਨਫਿਊਜ਼ ਕਰਨਾ ਹੋਵੇ ਜੇ ਤੁਸੀਂ ਬੱਚਿਆਂ ਨੂੰ, ਉਹਨਾਂ ਨੂੰ ਦੇਖੋ ਅੱਜ ਜਿਹੜੇ ਮੈਂ 5 ਕਾਲਜਿਸ ਨੂੰ ਲਿਆਇਆ, ਮੈਂ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਉਹਨਾਂ ਨਾਲ ਪ੍ਰੋਮਿਸ ਕੀਤਾ ਕਿ ਮੈਂ ਤੁਹਾਨੂੰ ਇੰਨੇ ਬੱਚੇ ਦਾ ਇਕੱਠ ਦਿਖਾਊਂਗਾ, ਮੈਂ ਤੁਹਾਨੂੰ ਇੰਨੀਆਂ ਰਜਿਸਟ੍ਰੇਸ਼ਨ ਦਊਂਗਾ, ਫਿਰ ਉਹ ਸਾਨੂੰ ਉਹ ਪੈਸੇ ਦਿੰਦੇ ਆ। ਜਦੋਂ ਕਿਸੇ ਵੀ ਮੇਲੇ ਦੇ ਵਿੱਚ 15-20 ਕਾਲਜਿਸ ਵਾਲੇ ਆਉਂਦੇ ਆ, ਜਦੋਂ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ, ਮੈਨੂੰ ਤਾਂ ਫਾਇਦਾ ਹੁੰਦਾ। ਉਲਟਾ ਤੁਹਾਨੂੰ ਇਹ ਗੱਲ ਸ਼ਾਇਦ ਪਤਾ ਹੋਊਗੀ ਓਬੀਅਸਲੀ, ਜਾਂ ਬਾਕੀ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਜਦੋਂ ਇੱਕ ਹੋਟਲ ਬੁੱਕ ਕਰਕੇ ਉਹਦੇ 'ਚ 15-20 ਕਾਲਜਿਸ ਨੂੰ ਲਿਆ ਕੇ ਬਿਠਾਇਆ ਜਾਂਦਾ, ਉਹ ਕਾਲਜਿਸ ਵਾਲਿਆਂ ਤੋਂ ਉਹ ਏਜੰਟ ਪੈਸੇ ਲੈਂਦਾ, $2,000, $3,000 ਪਰ ਈਵੈਂਟ ਦਾ ਲਿਆ ਜਾਂਦਾ ਕਾਲਜਿਸ ਵਾਲਿਆਂ ਤੋਂ, ਐਂਡ ਕਾਲਜਿਸ ਵਾਲੇ ਪੇ ਕਰਦੇ ਆ ਕਿ ਅਸੀਂ, ਮੈਂ ਤੁਹਾਡੇ ਲਈ ਹੋਰ ਇੰਨੀਆਂ ਫੁੱਲ ਪੇਜ ਐਡ, ਇੰਗਲਿਸ਼ 'ਚ ਐਡ, ਆਹ ਐਡ, ਉਹ ਐਡ, ਇਹ ਏਜੰਟ ਆਪਣੇ ਪੱਲਿਓਂ ਨਹੀਂ ਖਰਚਦੇ, ਇਹ ਕਾਲਜਿਸ ਵਾਲਿਆਂ ਤੋਂ ਪੈਸੇ ਲੈਂਦੇ ਨੇ। ਫਿਰ 20-25 ਲੱਖ ਰੁਪਇਆ ਇਕੱਠਾ ਕਰਕੇ 10-15 ਲੱਖ ਰੁਪਇਆ ਉੱਪਰ ਖਰਚ ਕੇ 5-10 ਲੱਖ ਰੁਪਇਆ ਸੇਵ ਵੀ ਕਰਦੇ ਆ। ਮਤਲਬ ਮੇਲਾ ਲਾ ਕੇ, ਜਿਵੇਂ ਇਹ ਨੋਰਮਲ ਮੇਲਾ ਭਾਅ ਜੀ, ਤੁਸੀਂ ਇੱਕ ਮੇਲੇ ਦੇ ਨਾਮ 'ਤੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ, ਫਿਰ ਇੱਕ ਸਿੰਗਰ ਬੁਲਾਇਆ, ਅਤੇ ਥੋੜ੍ਹਾ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਕਰਕੇ 20 ਲੱਖ ਰੁਪਈਏ ਦਾ ਤੁਸੀਂ ਇਕੱਠਾ ਕਰਕੇ ਤੁਸੀਂ 10 ਲੱਖ ਲਾ ਕੇ ਮੈਨੇਜਮੈਂਟ 10 ਲੱਖ ਬਚਾ ਜਾਂਦੀ ਆ। ਸੇਮ ਆਹ ਜਿਹੜੇ ਇਮੀਗ੍ਰੇਸ਼ਨ ਵਾਲੇ ਮੇਲੇ ਲਾਉਂਦੇ ਆ, ਕਾਲਜਾਂ ਵਾਲਿਆਂ ਨੂੰ 10-15-20 ਨੂੰ ਬੁਲਾ ਕੇ ਉਹ ਬੱਚਿਆਂ ਨੂੰ ਇਕੱਠੇ ਕਰਕੇ 10-15 ਲੱਖ ਰੁਪਈਆ ਬਚਾ ਜਾਂਦੇ ਆ। ਸੋ ਇਹ ਜਿਹੜਾ ਤੁਹਾਨੂੰ ਲੱਗ ਰਿਹਾ ਮੇਲਾ ਲੱਗਿਆ ਤੁਹਾਡੇ ਫਾਇਦੇ ਹੋਣ ਲਈ, ਏਜੰਟ ਦੀਆਂ ਦਸੇ ਉਂਗਲਾਂ ਘਿਓ 'ਚ ਹੁੰਦੀਆਂ, ਉਹ ਕਾਲਜਿਸ ਵਾਲਿਆਂ ਤੋਂ ਵੀ ਪੈਸੇ ਕਮਾ ਜਾਂਦਾ। ਇੱਕ ਹੋਰ ਹੋ ਰਿਹਾ ਜੀ ਸੈਮੀਨਾਰਸ 'ਤੇ, ਆ ਪਿੱਛੇ ਜੇ 2-4 ਸੈਮੀਨਾਰਸ ਹੋਏ ਹੋਣਗੇ ਇੱਥੇ ਪੰਜਾਬ ਦੇ ਵਿੱਚ, ਮੇਰੇ ਕੋਲ ਬੱਚੇ ਆ ਕੇ ਗਏ, ਕਾਲਜਿਸ ਦੇ ਰੀਪ੍ਰਜੈਂਟੇਟਿਵ, ਮੈਂ ਨਾਮ ਤਾਂ ਨਹੀਂ ਲੈ ਸਕਦਾ, ਕਾਲਜਿਸ ਦੇ ਰੀਪ੍ਰਜੈਂਟੇਟਿਵ ਆ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਬੱਚਿਆਂ ਨੂੰ ਇੱਕ ਲੈਟਰਾਂ ਜੀਆਂ ਦੇਈ ਜਾਂਦੇ ਆ, ਤੁਹਾਡੀ ਸੀਟ ਕਨਫਰਮ ਹੈ। ਓਕੇ, ਹਾਂਜੀ, ਉਹ ਉਹਨਾਂ ਨਾਲ ਮਿਲੀ ਭੁਗਤ ਦੇ ਨਾਲ ਇੱਕ ਦੇਈ ਜਾਂਦੇ ਆ, ਤੁਹਾਡੀ ਸੀਟ ਕਨਫਰਮ ਆ। ਉਹ ਬੱਚੇ ਕਾਗਜ਼ ਜੇ ਲੈ ਕੇ ਆ ਜਾਂਦੇ ਆ, ਸਰ ਫਲਾਨੇ ਕਾਲਜ ਨੇ ਤਾਂ ਸਾਡੀ ਸੀਟ ਕਨਫਰਮ ਕਰਤੀ, ਉਹ ਕਾਲਜ ਦੇ ਬੈਠੇ ਬੰਦੇ ਨੇ ਸੀਟ ਕਨਫਰਮ ਕਰਤੀ। ਹੁਣ ਏਜੰਟ ਬੱਚਿਆਂ ਨੂੰ ਇਹ ਕਹੀ ਜਾਂਦੇ ਆ, ਸਾਡੇ ਕੋਲ 50 ਸੀਟਾਂ ਗਰੰਟੀ ਅਸੀਂ ਲੈ ਲਈਆਂ, ਅਸੀਂ 100 ਸੀਟਾਂ ਗਰੰਟੀ ਲੈ ਲਈਆਂ, 200, ਕੁਛ ਵੀ ਨਹੀਂ ਹੋ ਰਿਹਾ, ਤੁਸੀਂ ਆ ਜਿਹੜੇ ਲੱਕੜ ਦੇ ਮੁੰਡੇ ਤੁਹਾਨੂੰ ਹੱਥ 'ਚ ਫੜਾ ਕੇ ਉਹਨਾਂ ਨੇ ਭੇਜ ਦਿੱਤੇ ਹੋਏ ਨੇ, ਇਹਨਾਂ ਦੇ ਕੋਈ ਕੰਮ ਨਹੀਂ ਆਉਣਾ ਇਹਨਾਂ ਦਾ, ਔਰ ਇਹ ਤੁਹਾਨੂੰ ਟੋਟਲ ਮਿਸਲੀਡ ਐਂਡ ਮਿਸਗਾਈਡ ਕੀਤੇ ਜਾ ਰਹੇ ਹੋ ਤੁਸੀਂ ਬੱਚਿਓ।
ਆਫਰ ਲੈਟਰ ਕੈਨੇਡਾ ਤੋਂ ਹੀ ਇਸ਼ੂ ਹੋਣੀ ਆ। ਇੱਕ ਹੋਟਲ ਦੇ ਕਮਰੇ ਦੇ ਵਿੱਚ ਬੈਠ ਕੇ ਇੱਕ ਇੱਥੋਂ ਦਾ ਰੀਪ੍ਰਜੈਂਟੇਟਿਵ ਕੈਨੇਡਾ ਦੇ ਕਿਸੇ ਕਾਲਜ ਦੀ ਆਫਰ ਲੈਟਰ ਇੱਥੋਂ ਬੰਦਾ ਇਸ਼ੂ ਹੀ ਨਹੀਂ ਕਰ ਸਕਦਾ, ਪ੍ਰੋਪਰ ਚੈਨਲ ਤੋਂ ਚੱਲ ਕੇ ਹੀ ਇਸ਼ੂ ਹੋਣੀ ਆ। ਇਹ ਨਾ ਹੋਵੇ ਤੁਸੀਂ ਆਪਣੇ ਉਹਨਾਂ ਕਾਗਜ਼ਾਂ ਨੂੰ ਦੇਖ ਕੇ ਖੁਸ਼ ਹੁੰਦੇ ਰਹੋ ਅਤੇ ਉੱਧਰ ਸੀਟਾਂ ਬਾਕੀ ਕਾਲਜਾਂ 'ਚ ਵੀ ਭਰ ਜਾਣ। ਥੋੜ੍ਹੇ ਜਿਹੇ ਸਿਆਣੇ ਹੋ ਜਾਓ, ਜਿੰਨੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਤੁਹਾਨੂੰ ਲਭਾਉਣ ਲਈ, ਤੁਹਾਨੂੰ ਮਿਸਗਾਈਡ ਕਰਨ ਲਈ ਗੱਲਾਂ ਵਧੀਆ ਮਾਰੀਆਂ ਜਾ ਰਹੀਆਂ ਨੇ, ਐਗਜੈਕਟਲੀ ਕੁਛ ਵੀ ਸਹੀ ਨਹੀਂ ਹੈਗਾ। ਸਹੀ ਇਹੀ ਆ ਕਿ ਆਫਰ ਲੈਟਰ ਅਪਲਾਈ ਕਰਨੀ ਆ ਕੈਨੇਡਾ ਦੇ ਵਿੱਚ, ਉੱਥੋਂ ਹੀ ਪ੍ਰੋਸੈਸ ਹੋ ਕੇ ਆਉਣੀ ਆ। ਤੁਹਾਨੂੰ ਫਸਾਉਣ ਲਈ, ਤੁਹਾਨੂੰ ਮਿਸਗਾਈਡ ਕਰਨ ਲਈ ਬਹੁਤ ਤਰ੍ਹਾਂ ਦੇ ਸਬਜ਼ ਬਾਗ ਦਿਖਾਏ ਜਾਂਦੇ ਨੇ। ਬਸ ਮੈਨੂੰ ਗੁੱਸਾ ਇਸ ਚੀਜ਼ ਦਾ ਆਉਂਦਾ, ਹਰਟ ਮਤਲਬ ਦਿਲ ਇਸ ਚੀਜ਼ ਦਾ ਦੁਖਦਾ ਹੈ ਕਿ ਇਹ ਜਿਹੜੀ ਕੁਰਸੀ 'ਤੇ ਸਾਨੂੰ ਪਰਮਾਤਮਾ ਨੇ, ਰੱਬ ਨੇ ਬਿਠਾਇਆ ਸਾਰੇ, ਇਹ ਕੁਝ ਚੰਗੇ ਕਰਮ ਨੇ ਅਗਰ ਸਾਨੂੰ ਆਹ ਕੁਰਸੀਆਂ ਮਿਲੀਆਂ ਜਿਹਦੇ 'ਚ ਅਸੀਂ ਗਾਈਡ ਕਰ ਸਕਦੇ ਹਾਂ ਕਿਸੇ ਨੂੰ, ਬਟ ਮਿਸਗਾਈਡ ਕਰਨਾ ਉਹਨਾਂ ਕੁਰਸੀਆਂ 'ਤੇ ਬੈਠ ਕੇ, ਆਹ ਅੱਛਾ ਨਹੀਂ ਆ ਕੰਮ। ਮੈਂ ਸਭ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ, ਆਪਣੇ ਬੱਚੇ ਸਮਝ ਲਓ ਵੀ ਜੇ ਤੁਹਾਡਾ ਹੀ ਬੱਚਾ ਤੁਹਾਡੇ ਸਾਹਮਣੇ ਬੈਠਾ ਹੋਵੇ ਜਾਂ ਤੁਹਾਡਾ ਹੀ ਬੱਚਾ ਕਿਤੇ ਜਾ ਕੇ ਮਿਸਗਾਈਡ ਹੋ ਜਾਵੇ, ਜਿੰਨਾ ਤੁਹਾਨੂੰ ਗੰਦਾ ਲੱਗੂਗਾ ਉਨਾ ਹੀ ਵਿਚਾਰੇ ਸਾਹਮਣੇ ਲੋਕਾਂ ਨੂੰ ਗੰਦਾ ਲੱਗਦਾ ਹੈ। ਬਹੁਤ ਅਮਨ ਭਾਜੀ ਬਹੁਤ ਮਿਹਨਤ ਕਰਦੇ ਨੇ ਸਾਡੇ ਪੰਜਾਬ ਦੇ ਲੋਕ ਨੇ ਨਾ, ਜਿਹੜੇ ਬਹੁਤ ਮਿਹਨਤੀ ਨੇ, ਮਾਂ ਪਿਓ ਬਹੁਤ ਮਿਹਨਤ ਕਰਕੇ ਪੈਸਾ ਕਮਾਉਂਦੇ ਨੇ, ਔਰ ਇੱਥੇ ਪੈਸੇ ਦੀ ਵੈਲਿਊ ਨਹੀਂ, ਜਿਹੜੇ ਆ ਏਸੀ ਲਾ ਕੇ ਕਮਰਿਆਂ 'ਚ ਬੈਠੇ ਇਹਨਾਂ ਨੂੰ ਵੈਲਿਊ ਨਹੀਂ ਆ ਪੈਸੇ ਦੀ, ਇਸ ਲਈ ਖੇਡਦੇ ਨੇ ਇਹ ਬੱਚਿਆਂ ਦੇ ਮਾਂ ਪਿਓ ਦੇ ਪੈਸੇ ਨਾਲ, ਬੱਚਿਆਂ ਦੀ ਜ਼ਿੰਦਗੀ ਨਾਲ, ਬੱਚਿਆਂ ਦੇ ਕਰੀਅਰ ਨਾਲ ਖੇਲਦੇ ਨੇ। ਇਹ ਖੇਲਣਾ ਜਿੱਦਣ ਬੰਦ ਹੋਊਗਾ ਨਾ ਜੀ, ਉੱਦਣ ਪੰਜਾਬ ਦੇ ਬੱਚਿਆਂ ਨੂੰ ਸਹੀ ਸਲਾਹ ਮਿਲੂਗੀ ਜੀ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਉਹਨਾਂ ਲਈ ਜਿਨ੍ਹਾਂ ਨੂੰ ਅੱਜ ਬਹੁਤ ਲੋੜ ਹੈ, ਫਰੈਸ਼ਰਸ ਜਿਨ੍ਹਾਂ ਨੇ 2018 ਦੇ ਵਿੱਚ ਹੁਣ ਪੇਪਰ ਦੇਣੇ ਹੈ, ਐਗਜ਼ਾਮਸ ਹੋਣੇ ਹੈ ਜਿਨ੍ਹਾਂ ਦੇ ਖਤਮ, ਉਹਨਾਂ ਨੂੰ ਗਾਈਡੈਂਸ ਕੀ ਦੇਣਾ ਚਾਹੁੰਦੇ ਹੋ, ਕਿਸ ਤਰ੍ਹਾਂ ਤਿਆਰੀ ਸਪਤੰਬਰ ਜਾਂ ਜਨਵਰੀ 2019 ਦੀ ਕਰਨ? ਉਹ ਸਭ ਤੋਂ ਪਹਿਲਾਂ ਜੀ, ਮੈਂ ਲਾਸਟ ਟਾਈਮ ਵੀ ਦੱਸਿਆ ਸੀ, ਸਭ ਤੋਂ ਪਹਿਲਾਂ ਕੰਮ ਆਈਲੈਟਸ ਦੀ ਤਰੀਕ ਲੈਣੀ ਆ ਜੀ, ਸਭ ਤੋਂ ਪਹਿਲਾਂ ਕੰਮ ਆਈਲੈਟਸ ਦੀ ਤਰੀਕ ਲੈਣੀ ਆ ਤੁਸੀਂ। ਸੈਕੰਡ ਕੰਮ ਆ ਤੁਸੀਂ ਕੈਨੇਡਾ ਦੇ ਵਿੱਚ ਆਪਣੀ ਆਫਰ ਲੈਟਰ ਲਈ ਅਪਲਾਈ ਕਰਨਾ 10+1 ਦੇ ਸਰਟੀਫਿਕੇਟ ਐਂਡ ਪਾਸਪੋਰਟ ਦੇ ਨਾਲ। ਪਾਸਪੋਰਟ ਵੀ ਜਿਹੜੇ ਬੱਚਿਆਂ ਦਾ ਨਹੀਂ ਬਣਿਆ ਉਹ ਤਾਂ ਸਪਟੈਂਬਰ ਦੇ ਵਿੱਚ ਵੀ ਸ਼ਾਇਦ ਹੀ ਜਾ ਪਾਉਣ, ਉਹ ਜਨਵਰੀ ਲਈ ਜਾਣਗੇ, ਜਾਂ ਫਿਰ ਤੁਸੀਂ ਅੱਜ ਕੱਲ੍ਹ ਜਿਵੇਂ ਉਹਨਾਂ ਨੇ ਕਹਿਤਾ ਤਤਕਾਲ ਦੇ ਲਈ ਪੁਲਿਸ ਵੈਰੀਫਿਕੇਸ਼ਨ ਦੀ ਵੀ ਜ਼ਰੂਰਤ ਨਹੀਂ ਪੈਂਦੀ, ਤਾਂ ਹੁਣ ਇੱਕ ਹੋਰ ਖੁਸ਼ਖਬਰੀ ਆ ਤੁਹਾਡੇ ਸਾਰਿਆਂ ਲਈ, ਤਤਕਾਲ ਦੇ ਵਿੱਚ ਅਪਲਾਈ ਕਰੋਗੇ ਪਾਸਪੋਰਟ, 3 ਜਾਂ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਪਾਸਪੋਰਟ ਆ ਜਾ ਕਰੂਗਾ। ਸੋ ਜਿਹੜੇ ਬੱਚਿਆਂ ਨੇ ਪਾਸਪੋਰਟ ਅਜੇ ਨਹੀਂ ਬਣਾਏ ਉਹ ਤਤਕਾਲ ਦੇ ਵਿੱਚ ਪਾਸਪੋਰਟ ਬਣਵਾ ਲਓ। ਉਹਦੇ ਲਈ ਅਗਰ ਤੁਹਾਨੂੰ ਕੋਈ ਡਾਕੂਮੈਂਟੇਸ਼ਨ ਚਾਹੀਦੀ ਆ, ਤੁਸੀਂ ਤਤਕਾਲ ਲਈ ਤੁਹਾਨੂੰ ਕੋਈ ਚਾਹੀਦਾ ਵੀ ਤੁਸੀਂ ਆਫਰ ਲੈਟਰ ਅਪਲਾਈ ਕਰਨਾ, ਤੁਸੀਂ ਸਾਡੇ ਆਫਿਸਿਸ ਦੇ ਵਿੱਚ ਮਿਲੋ, ਅਸੀਂ ਤੁਹਾਨੂੰ ਲਿਖ ਕੇ ਦੇ ਦਾਂਗੇ ਆਪਣੇ ਲੈਟਰ ਪੈਡ 'ਤੇ ਕਿ ਤੁਸੀਂ ਅਪਲਾਈ ਕਰਨਾ, ਇਸ ਲਈ ਤੁਹਾਨੂੰ ਤਤਕਾਲ ਦੇ ਵਿੱਚ ਪਾਸਪੋਰਟ ਬਣਾਉਣਾ ਪੈਣਾ, ਉਹਦੇ ਲਈ ਅਸੀਂ ਤੁਹਾਡੀ ਹੈਲਪ ਕਰਾਂਗੇ। ਪਾਸਪੋਰਟ ਅਪਲਾਈ ਕਰਵਾ ਕੇ ਬਣਵਾ ਲਓ, ਕੈਨੇਡਾ ਦੇ ਵਿੱਚ ਆਪਣੀ ਕਾਲਜ ਦੇ ਵਿੱਚ ਜਿਹੜੇ ਜਿਹੜੇ ਵਿੱਚ ਜਾਣਾ ਉਹ ਆਫਰ ਅਪਲਾਈ ਕਰਵਾ ਦਿਓ, ਆਈਲੈਟਸ ਦੀ ਤਰੀਕ ਲੈ ਲਓ, ਆਈਲੈਟਸ ਡਿਸਾਈਡ ਕਰ ਲਓ ਆਈਲੈਟਸ ਕਰਨਾ ਕਿੱਥੋਂ ਚਾਹੁੰਦੇ ਹੋ, ਕਿਉਂਕਿ ਇਹੀ ਡਿਪੈਂਡ ਕਰੂਗਾ ਕਿ ਤੁਸੀਂ ਸਪਟੈਂਬਰ 18 'ਚ ਜਾਓਗੇ ਜਾਂ ਜਨਵਰੀ 19 'ਚ ਜਾਓਗੇ, ਇਹ ਡਿਪੈਂਡ ਕਰੂਗਾ ਤੁਸੀਂ ਆਈਲੈਟਸ ਕਿਹੜੇ ਇੰਸਟੀਚਿਊਟ ਤੋਂ ਕਰਦੇ ਹੋ। ਅਗਰ ਤਾਂ ਆਈਲੈਟਸ ਵਾਲੇ ਕਿਸੇ ਸੈਂਟਰ 'ਚ ਫਸ ਗਏ ਹੋ ਜਿਹੜੇ ਆਈਲੈਟਸ ਹੀ ਕਰਾਉਂਦੇ ਆ, ਜਿਨ੍ਹਾਂ ਦੀ ਰੋਜ਼ੀ ਰੋਟੀ ਬ੍ਰੈਡ ਐਂਡ ਬਟਰ ਹੀ ਆਈਲੈਟਸ ਆ, ਉਹ ਤਾਂ ਤੁਹਾਨੂੰ 3 ਤੋਂ 4 ਮਹੀਨੇ ਛੱਡਣਗੇ ਨਹੀਂ, ਗਰੰਟੀ ਆ। ਉਹਨਾਂ ਨੇ ਤਾਂ ਪਹਿਲਾਂ ਸਪੋਕਨ 'ਚ ਪਾ ਦੇਣਾ, ਫਿਰ ਗ੍ਰੈਮਰ 'ਚ ਪਾ ਦੇਣਾ, ਫਿਰ 2-3 ਮਹੀਨੇ ਤੁਹਾਨੂੰ ਸਕੋਰਿੰਗ ਦੇ ਵਿੱਚ ਹੀ ਫਸਾਈ ਰੱਖਣਾ। ਅਗਰ ਤੁਸੀਂ ਕਿਸੇ ਇਹੋ ਜਿਹੀ ਕੰਪਨੀ ਕੋਲ ਜਾਂਦੇ ਹੋ ਜਿਹੜੀ ਤੁਹਾਨੂੰ ਪ੍ਰੋਮਿਸ ਕਰਦੀ ਹੈ ਕਿ ਅਸੀਂ ਜਿੱਦਾਂ ਫੋਰ ਐਗਜ਼ਾਮਪਲ ਆਈਲੈਟਸ ਸਾਡੀ ਬ੍ਰੈਡ ਐਂਡ ਬਟਰ ਨਹੀਂ ਆ, ਆਈਲੈਟਸ ਕਰਵਾਉਣਾ ਤੁਹਾਨੂੰ ਟਾਈਮ ਦੇ ਉੱਪਰ, ਮਤਲਬ ਤੁਹਾਡਾ ਟਾਈਮ 'ਤੇ ਆਈਲੈਟਸ ਵੀ ਹੋ ਜਾਵੇ ਅਤੇ ਤੁਹਾਡੇ ਸਹੀ ਬੈਂਡ ਵੀ ਆ ਜਾਣ, ਇਹ ਸਾਡੀ ਮਜਬੂਰੀ ਆ ਕਿਉਂਕਿ ਅਸੀਂ ਤੁਹਾਨੂੰ ਬਾਹਰ ਭੇਜਣਾ ਚਾਹੁੰਦੇ ਹੋ, ਬਾਹਰ ਭੇਜਣਾ ਸਾਡਾ ਮੇਨ ਕੰਮ ਆ, ਆਈਲੈਟਸ ਕਰਵਾਉਣਾ ਸਾਡੀ ਮਜਬੂਰੀ ਆ ਤੁਹਾਨੂੰ, ਇਸ ਲਈ ਅਸੀਂ ਆਈਲੈਟਸ ਕਰਵਾਵਾਂਗੇ ਹੀ ਕਰਵਾਵਾਂਗੇ, ਆਈਲੈਟਸ ਦਾ ਸਹੀ ਬੈਂਡ ਲੈ ਕੇ ਹੀ ਦੇਵਾਂਗੇ। ਆਈਲੈਟਸ ਅਸੀਂ ਬਿਜ਼ਨਸ ਜਾਂ ਧੰਦੇ ਲਈ ਨਹੀਂ ਕੀਤਾ ਹੋਇਆ, ਐਕਸਪਰਟ ਟੀਚਰ, ਹੁਣ ਜਦੋਂ ਮੇਰਾ ਬਿਜ਼ਨਸ ਨਹੀਂ ਹੈਗਾ ਇਸ ਲਈ ਮੈਂ ਇਹ ਨਹੀਂ ਸੋਚੂਗਾ ਕਿ ਮੈਂ 1000 ਵਾਲਾ ਟੀਚਰ ਰੱਖ ਕੇ ਇੰਨੇ ਪੈਸੇ ਲਊਂਗਾ, ਇੰਨਾ ਬਚੂਗਾ, ਇੰਨਾ ਮੇਰਾ ਖਰਚਾ ਆਊਗਾ, ਮੈਂ ਨਹੀਂ ਸੋਚਣਾ। ਮੈਂ ਸੋਚਣਾ ਟੀਚਰ ਚਾਹੇ 30,000 ਵਾਲਾ, 40,000 ਵਾਲਾ, ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਟੀਚਰ ਆ ਜਾਵੇ, ਬੱਚਿਆਂ ਨੂੰ ਆਈਲੈਟਸ ਦਾ ਬੈਂਡ ਆਉਣਾ ਹੀ ਆਉਣਾ ਚਾਹੀਦਾ ਹਰ ਹਾਲਤ ਦੇ ਵਿੱਚ। ਛੋਟੀਆਂ ਕਲਾਸਿਸ ਨੇ ਜੀ ਚਾਰੋਂ ਜਗ੍ਹਾ ਦੇ ਉੱਪਰ, ਚੰਡੀਗੜ੍ਹ, ਸ਼੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਅਤੇ ਬਠਿੰਡਾ, ਬਹੁਤ ਵੱਡੇ ਮਤਲਬ ਸੈਟਅਪ ਨੇ ਸਾਡੇ, ਬਹੁਤ ਵੱਡੇ ਸੈਟਅਪ ਨੇ, ਸਮਾਲ ਕਲਾਸ ਸਾਈਜ਼ ਨੇ, ਉਨੇ ਹੀ ਬੱਚੇ ਰੱਖਣੇ ਆ ਜਿੰਨਿਆਂ ਨੂੰ ਅਸੀਂ ਆਈਲੈਟਸ ਕਰਵਾ ਸਕਾਂਗੇ, ਮਤਲਬ ਬਹੁਤ ਹੀ ਵਧੀਆ ਤਰੀਕੇ ਦਾ ਸੈਟਅਪ ਆ ਸਾਡੇ ਕੋਲ ਆਈਲੈਟਸ ਦਾ। ਸੋ ਇੱਕ ਵਾਰ ਸਾਨੂੰ ਮੌਕਾ ਜ਼ਰੂਰ ਦਿਓ ਸੇਵਾ ਦਾ, ਅਗਰ ਤੁਸੀਂ ਐਕਚੁਅਲ 'ਚ ਕੈਨੇਡਾ ਜਾਣਾ ਚਾਹੁੰਦੇ ਹੋ, ਔਰ ਆਈਲੈਟਸ ਤੁਹਾਨੂੰ ਫਿਰ ਅਸੀਂ ਕਰਵਾਵਾਂਗੇ, ਫਿਰ ਦੇਖਿਓ ਬੈਂਡ ਆਪਣੇ ਆਪ ਆਉਣਗੇ। ਜਿਹੜੇ ਕੁਛ ਆਲਰੇਡੀ ਗਲਤੀਆਂ ਕਰਕੇ ਰਿਜੈਕਟ ਹੋ ਚੁੱਕੇ ਨੇ,
ਉਹਨਾਂ ਲਈ ਕੀ ਸਕੋਪ ਹੈ, ਜਿਹੜੀ ਰੈਫਰਲ ਜਾਜੂ ਸਿਟੀ ਉਹਨਾਂ ਲਈ ਖਾਸ ਕੀ ਸਰਵਿਸਿਜ਼ ਨੇ? ਅਮਨ ਭਾਜੀ ਸਾਰੇ ਉਹੀ ਆਉਂਦੇ ਆ, ਪਹਿਲਾਂ ਆਉਣਗੇ ਮੈਕਸੀਮਮ ਆਉਣਗੇ ਬੰਦੇ ਹੈ ਨਾ, ਉਹ ਜੀ ਆਏ ਸੀ ਤੁਹਾਡੇ ਕੋਲ, ਫਿਰ ਤੁਸੀਂ ਨਹੀਂ ਮਿਲੇ, ਫਿਰ ਦਫ਼ਤਰ ਇੱਧਰੋਂ ਨਹੀਂ ਗਏ, ਫਿਰ ਆ ਨਹੀਂ ਹੋਇਆ, ਫਿਰ ਅਸੀਂ ਉਹ ਲੋਕਲ ਉਹਨਾਂ ਕੋਲ ਚਲੇ ਗਏ, ਮੇਰੇ ਕੋਲ ਆਉਂਦੇ ਹੀ ਰਿਜੈਕਟ ਕਰਾ ਕੇ ਨੇ। ਮੈਂ ਕਹਿੰਦਾ ਪਹਿਲਾਂ ਹੀ ਆ ਜਾਇਆ ਕਰੋ ਮੇਰੇ ਕੋਲ। ਸਾਰੇ ਪੰਜਾਬ 'ਚੋਂ ਜਦੋਂ ਸਾਰਿਆਂ ਹੱਥੋਂ ਵੀਜ਼ਾ ਰਿਜੈਕਟ ਹੋ ਜਾਂਦਾ, ਫਿਰ ਸਵਰਨ ਸੰਧੂ ਯਾਦ ਆਉਂਦਾ, ਰੈਫਰਲ ਜੈਡੀਓ ਸਿਟੀ ਯਾਦ ਆਉਂਦੀ ਆ, ਪਹਿਲਾਂ ਹੀ ਆ ਜਾਇਆ ਕਰੋ। ਬਟ ਸਟਿਲ ਮਹਾਰਾਜ ਦੀ, ਪਰਮਾਤਮਾ ਦੀ, ਗੁਰੂ ਰਾਮਦਾਸ ਜੀ ਦੀ ਇੰਨੀ ਵੱਡੀ ਕਿਰਪਾ ਕਿ ਜਿਹੜੇ ਵੀ ਬੱਚੇ ਰਿਜੈਕਸ਼ਨ ਤੋਂ ਬਾਅਦ ਸਾਡੇ ਕੋਲ ਆਉਂਦੇ ਆ, 100 ਚੋਂ 90 ਦੇ ਫਿਰ ਤੋਂ ਅਸੀਂ ਵੀਜ਼ਾ ਲਗਵਾ ਦਿੰਦੇ ਹਾਂ। ਸੋ ਉਹ ਬੱਚੇ ਜਿਹੜੇ ਨਿਰਾਸ਼ ਹੋ ਚੁੱਕੇ ਆ, ਜਿਨ੍ਹਾਂ ਦਾ ਵੀਜ਼ਾ ਰਿਜੈਕਟ ਹੋ ਚੁੱਕਿਆ ਕਿਸੇ ਵੀ ਤਰੀਕੇ ਨਾਲ, ਨਹੀਂ ਲੱਗ ਰਿਹਾ, 2 ਵਾਰ 3 ਵਾਰ 4 ਵਾਰ, ਜ਼ਰੂਰ ਸਾਨੂੰ ਇਹਨਾਂ ਸੈਮੀਨਾਰਾਂ ਦੇ ਵਿੱਚ ਇੱਕ ਵਾਰ ਆ ਕੇ ਮਿਲੋ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਜੀ, ਜਿਹੜੇ ਸੈਮੀਨਾਰਸ ਰੇ ਫ੍ਰੀ ਆਫ ਕੋਸਟ ਐਂਟਰੀ ਹੈ, ਕੋਈ ਵੀ ਤੁਸੀਂ ਚਾਰਜਿਸ ਨਹੀਂ ਦੇਣੇ। ਹਰ ਉਹ ਜਾਣਕਾਰੀ ਜਿਹੜੀ ਤੁਹਾਨੂੰ ਕੈਨੇਡਾ ਲਈ ਜਾਣਨੀ ਜ਼ਰੂਰੀ ਹੈ ਉਹ ਦਿੱਤੀ ਜਾਏਗੀ, ਚਾਹੇ ਤੁਹਾਡੀ ਪ੍ਰੋਫਾਈਲ ਫਰੈਸ਼ਰ ਵਜੋਂ ਦੇਖੀ ਜਾਵੇ, ਤੁਸੀਂ ਇਗਜ਼ਾਮਸ ਦੇਣੇ ਦੇ ਚੁੱਕੇ ਹੈ, ਆਇਲਸ ਕਰ ਰਹੇ ਹੋ, ਕੰਡੀਸ਼ਨਲ ਆਫਰ ਲੈਟਰ ਚਾਹੀਦੀ ਹੈ, ਜਾਂ ਰਿਜੈਕਟ ਹੋ ਚੁੱਕੇ ਹੋ। ਇਹ ਸਾਰੀ ਪ੍ਰੋਫਾਈਲਸ ਜਿਹੜੀ ਵੀ ਕੈਨੇਡਾ ਨਾਲ ਰਿਲੇਟਡ ਨੇ, ਜਿਹਦਾ ਸੁਪਨਾ ਦੇਖਿਆ ਤੁਸੀਂ, ਉਹਦੇ ਲਈ ਇੱਕ ਸਹੀ ਜਾਣਕਾਰੀ ਲਈ ਇਹ ਸੈਮੀਨਾਰਸ ਨੇ। ਡੇਟਸ ਮੈਂ ਬੋਲ ਦੇਣਾ, 14 ਤਰੀਕ ਬਠਿੰਡਾ ਜਿਹੜਾ ਆਫਿਸ ਹੈ ਉਹਦੇ ਵਿੱਚ ਹੀ ਕਰਵਾਇਆ ਜਾਏਗਾ ਰੈਫਰਲ ਜਾਜੂ ਸਿਟੀ ਦੇ, 15 ਅੰਮ੍ਰਿਤਸਰ, 16 ਲੁਧਿਆਣਾ, 17 ਚੰਡੀਗੜ੍ਹ। ਇਹਨਾਂ ਵਿੱਚ ਤੁਸੀਂ ਆਪਣੀ ਸੀਟ ਲਈ ਜ਼ਰੂਰ ਕਾਲ ਕਰਕੇ ਬੁੱਕ ਕਰਵਾ ਲਿਓ, ਕਿਉਂਕਿ ਰਸ਼ ਕਾਫੀ ਜ਼ਿਆਦਾ ਹੁੰਦਾ। ਪਿਛਲੇ ਕਾਫੀ ਸੈਮੀਨਾਰਸ ਅਸੀਂ ਤੁਹਾਨੂੰ ਦਿਖਾਏ ਵੀ ਨੇ, ਕਾਫੀ ਬੱਚੇ ਉੱਥੇ ਗਏ, ਪੇਰੈਂਟਸ ਗਏ, ਜਿਨ੍ਹਾਂ ਨੇ ਬਹੁਤ ਲਾਹਾ ਲਿਆ ਇੱਕ ਸਹੀ ਨੌਲੇਜ ਲੈ ਕੇ। ਉਹਨਾਂ 'ਚੋਂ ਕੁਛ ਅਸੀਂ ਤੁਹਾਨੂੰ ਮਿਲਾਵਾਂਗੇ ਵੀ ਅੱਜ, ਬਟ ਤੁਸੀਂ ਆਪਣੀ ਸੀਟ ਜ਼ਰੂਰ ਬੁੱਕ ਕਰਵਾ ਲਿਓ, ਫੋਨ ਦੇ ਕਾਲ ਜ਼ਰੀਏ ਆਪਣੀ ਅਪੁਆਇੰਟਮੈਂਟ ਜ਼ਰੀਆ ਬੁੱਕ ਕਰਵਾਈ ਜਾ ਸਕਦੀ ਹੈ। ਮੈਂ ਟੈਕਨੀਕਲ ਟੀਮ ਨੂੰ ਜ਼ਰੂਰ ਬੇਨਤੀ ਕਰੂੰਗਾ, ਜਿਹੜੇ ਲਾਸਟ ਸੈਮੀਨਾਰਸ ਦੇ ਕੁਛ ਝਲਕੀਆਂ ਨੇ ਜਾਂ ਪੇਰੈਂਟਸ ਦੇ ਵਿਊਜ਼ ਕੀ ਰਹੇ ਨੇ ਉਹ ਤੁਹਾਡੇ ਤੱਕ ਸ਼ੇਅਰ ਕਰਨ, ਤਾਂ ਕਿ ਹੁਣ ਜਿਹੜੇ ਪੇਰੈਂਟ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗੇ ਐਡਵਾਂਟੇਜ ਕੀ ਹੈ, ਅਤੇ ਕੁਛ ਮੇ ਇਨਟੇਕ ਦੇ ਸਕਸੈਸ ਸਟੋਰੀਜ਼ ਉਹ ਤੁਹਾਡੇ ਅੱਗੇ ਰੱਖੀਆਂ ਜਾਣ। ਸੋ ਆਓ ਮਿਲਦੇ ਹਾਂ ਜੀ ਕੁਛ ਪੇਰੈਂਟਸ ਅਤੇ ਬੱਚਿਆਂ ਨੂੰ। ਬਹੁਤ ਸਾਰੇ ਬੱਚੇ ਨੇ ਜੀ, ਆਪਾਂ ਅੱਜ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਾਂ ਜੀ, ਅਤੇ ਪੁੱਛਣਾ ਚਾਹੁੰਦੇ ਹਾਂ ਇਹਨਾਂ ਨੂੰ ਕਿ ਇਹਨਾਂ ਨੂੰ ਇਸ ਓਰੀਐਂਟੇਸ਼ਨ 'ਤੇ ਆਉਣ ਦਾ ਵੀ ਕੋਈ ਐਕਚੁਅਲ 'ਚ ਫਾਇਦਾ ਹੋਇਆ ਵੀ ਆ ਕਿ ਨਹੀਂ ਹੋਇਆ, ਰੈਫਰਲ ਦੀਆਂ ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ ਇਹਨਾਂ ਨੂੰ, ਔਰ ਇਹ ਕੀ ਸਾਡੀਆਂ ਸੇਵਾਵਾਂ ਤੋਂ ਖੁਸ਼ ਨੇ ਕਿ ਨਹੀਂ ਖੁਸ਼। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਸ਼ਬਨਮਜੀਤ ਕੌਰ ਹਾਂ, ਮੈਂ ਰੈਫਰਲਸ ਤੋਂ ਆਪਣਾ ਵੀਜ਼ਾ ਲਵਾਇਆ, ਸਰਵਿਸਿਜ ਬਹੁਤ ਜ਼ਿਆਦਾ ਵਧੀਆ ਨੇ, ਇਸ ਸਾਰੇ ਪ੍ਰੋਸੀਜਰ 'ਚ ਸਾਰੇ ਬਹੁਤ ਵਧੀਆ ਹੈਲਪ ਕਰਦੇ ਨੇ। ਮੈਂ ਬਹੁਤ ਲੱਕੀ ਹਾਂ ਕਿ ਮੈਂ ਇੱਥੇ ਆਈ ਹਾਂ, ਅਤੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਕੰਸਲਟ ਕਰਾਂਗੀ ਕਿ ਪਲੀਜ਼ ਰੈਫਰਲਸ ਤੋਂ ਹੀ ਕਰਵਾਓ, ਕੋਈ ਗਲਤ ਰਾਹ ਨਾ ਪਿਓ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮੀਤ ਸਿੰਘ ਹੈ ਅਤੇ ਮੇਰਾ ਵੀਜ਼ਾ ਆ ਚੁੱਕਿਆ ਹੈ, ਅਤੇ ਮੈਂ ਰੈਫਰਲਸ ਵਾਲਿਆਂ ਤੋਂ ਫਾਈਲ ਲਵਾਈ ਸੀ, ਅਤੇ ਇਹਨਾਂ ਨੇ ਬਹੁਤ ਹੀ ਵਧੀਆ ਗਾਈਡ ਕੀਤਾ ਅਤੇ ਬਹੁਤ ਹੀ ਵਧੀਆ ਵਧੀਆ ਐਡਵਾਈਸ ਦੇ ਕੇ ਮੈਨੂੰ ਅੱਜ ਮੇਰਾ ਵੀਜ਼ਾ ਦਿਲਵਾਇਆ ਹੈ, ਅਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਕਿ ਰੈਫਰਲ ਸਾਡੀ ਸਿਟੀ ਤੋਂ ਆ ਕੇ ਆਪਣਾ ਵੀਜ਼ਾ ਲਵਾਉਣ। ਥੈਂਕ ਯੂ, ਸ਼ਾਬਾਸ਼, ਥੈਂਕ ਯੂ। ਸਤਿ ਸ਼੍ਰੀ ਅਕਾਲ, ਮਾਈ ਨੇਮ ਇਜ਼ ਅਰਸ਼ਦੀਪ ਕੌਰ, ਮੈਂ ਰੈਫਰਲ ਜਾਜੂ ਸਿਟੀ ਤੋਂ ਆਪਣਾ ਵੀਜ਼ਾ ਲਗਵਾਇਆ, ਐਂਡ ਇਹਨਾਂ ਦੀਆਂ ਸਰਵਿਸਿਜ਼ ਬਹੁਤ ਵਧੀਆ ਨੇ, ਮੈਂ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਰੈਫਰਲ ਜਾਜੂ ਸਿਟੀ ਤੋਂ ਹੀ ਆਪਣਾ ਵੀਜ਼ਾ ਲਗਵਾਉਣ। ਮੇਰਾ ਨਾਮ ਅਭਿਸ਼ੇਕ ਹੈ, ਮੈਨੇ ਵੀਜ਼ਾ ਰੈਫਰਲ ਜਾਜੂ ਸਿਟੀ ਸੇ ਲਗਵਾਇਆ, ਇਨਕੀ ਸਰਵਿਸਿਜ਼ ਕਾਫੀ ਅੱਛੀ ਹੈ, ਔਰ ਮੈਂ ਇਹ ਚੀਜ਼ ਰਿਕਮੈਂਡ ਕਰਤਾ ਹੂੰ ਸਬਕੋ ਕਿ ਵੋ ਵੀ ਯਹੀਂ ਸੇ ਲਗਵਾਏ। ਥੈਂਕ ਯੂ ਬੇਟਾ, ਥੈਂਕ ਯੂ, ਸ਼ਾਬਾਸ਼। ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਵੀਜ਼ਾ ਰੈਫਰਲ ਜਾਜੂ ਸਿਟੀ ਤੋਂ ਲਗਵਾਇਆ ਹੈ, ਔਰ ਮੈਨੇ ਮੇਰਾ ਵੀਜ਼ਾ ਜਿਹੜਾ ਹੈਗਾ 12 ਦਿਨ ਦੇ ਵਿੱਚ ਆ ਗਿਆ, ਔਰ ਐਕਚੁਅਲੀ ਮੈਂ ਇਹਨਾਂ ਤੋਂ ਪਹਿਲਾਂ ਬਹੁਤ ਸਾਰੇ ਕੰਸਲਟੈਂਟਸ ਵਿਜ਼ਿਟ ਕੀਤੇ ਜਿੱਥੇ ਮੇਰਾ 1 ਸਾਲ ਲੱਗ ਗਿਆ, ਬਟ ਹੁਣੇ ਜਦੋਂ ਮੈਨੇ ਅਪਲਾਈ ਕੀਤਾ ਵਿਦ ਇਨ 12 ਡੇਜ਼ ਆਈ ਗੋਟ ਮਾਈ ਵੀਜ਼ਾ। ਥੈਂਕ ਯੂ ਸਰ, ਸ਼ਾਬਾਸ਼, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੋਹਿਤ ਖੁੱਲਰ ਹੈ, ਔਰ ਮੇਰਾ ਵੀਜ਼ਾ ਵੀ ਅੱਜ ਆ ਗਿਆ 12 ਦਿਨਾਂ ਬਾਅਦ, ਔਰ ਮੈਂ ਇੱਥੇ ਆਉਣ ਤੋਂ ਪਹਿਲਾਂ ਤਾਂ ਇਹੀ ਸੋਚਦਾ ਸੀਗਾ ਕਿ ਇੱਥੇ ਆਉਣਾ ਜਿੱਦਾਂ ਕਿ ਟਾਈਮ ਵੇਸਟ ਆ, ਬਟ ਮੈਨੂੰ ਅੱਜ ਬਹੁਤ ਵਧੀਆ ਮਹਿਸੂਸ ਹੋ ਰਿਹਾ, ਔਰ ਇੱਕ ਸੈਟ ਦਾ ਬਹੁਤ ਵਧੀਆ ਲੈਸਨ ਮਿਲਿਆ, ਔਰ ਮੈਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਾਂ ਕਿ ਵੀਜ਼ਾ ਤਾਂ ਆ ਜੂਗਾ, ਬਟ ਓਰੀਐਂਟੇਸ਼ਨ ਜ਼ਰੂਰ ਅਟੈਂਡ ਕਰੇਗਾ ਸਾਰੇ। ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਦੀਪ ਕੌਰ ਹੈ, ਐਂਡ ਮੈਂ ਆਪਣੀ ਫਾਈਲ ਰੈਫਰਲ ਜਾਜੂ ਸਿਟੀ ਤੋਂ ਲਗਵਾਈ ਸੀ, ਅਤੇ ਹੁਣ ਮੇਰਾ ਵੀਜ਼ਾ ਆ ਗਿਆ ਹੈ। ਅੱਜ ਓਰੀਐਂਟੇਸ਼ਨ ਅਟੈਂਡ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉੱਥੇ ਕੈਨੇਡਾ ਜਾਣ ਦਾ ਮਕਸਦ ਸਿਰਫ ਕੰਮ ਕਰਨਾ ਅਤੇ ਪੜ੍ਹਾਈ ਕਰਨਾ ਨਹੀਂ, ਬਟ ਕਿਵੇਂ ਕਰਨਾ ਅਤੇ ਕਿਸ ਤਰ੍ਹਾਂ ਕਰਨਾ ਤਾਂ ਕਿ ਅਸੀਂ ਸਕਸੈਸਫੁਲ ਹੋ ਸਕੀਏ, ਇਹ ਓਰੀਐਂਟੇਸ਼ਨ ਤੋਂ ਪਤਾ ਲੱਗਿਆ। ਥੈਂਕ ਯੂ ਟੂ ਦੀ ਹੋਲ ਟੀਮ ਆਫ ਰੈਫਰਲ ਜਾਜੂ ਸਿਟੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਨਮੋਲ ਹੈ, ਮੈਂ ਇੱਥੋਂ ਆਈਲਸ ਕੀਤੀ ਹੈ, ਅਤੇ ਮੈਂ ਇੱਥੋਂ ਜਿਹੜੇ ਇੱਥੇ ਟੀਚਰਸ ਨੇ ਉਹ ਬਹੁਤ ਅੱਛੇ ਸਨ,
ਕਾਉਂਸਲਰ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਮੈਂ ਸਾਰਿਆਂ ਨੂੰ ਇਹ ਆਖਣਾ ਚਾਹੁੰਦਾ ਕਿ ਤੁਸੀਂ ਇੱਥੇ ਆਓ ਤੇ ਤੁਹਾਡੀ ਫਾਈਲਿੰਗ ਪ੍ਰੋਸੀਜਰ ਕਰੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹਰਸਿਮਰਨ ਕੌਰ ਸਿੱਧੂ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਫਾਈਲ ਸਾਰੀ ਰੈਫਰਸ ਐਜੂਕੇਸ਼ਨ ਸਿਟੀ ਤੋਂ ਹੀ ਲੱਗੀ ਆ ਅਤੇ ਮੇਰੇ ਪੇਪਰਸ 'ਚ ਕੋਈ ਵੀ ਮਤਲਬ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਤਾਂ ਮੈਂ ਚਾਹੁੰਦੀ ਹਾਂ ਕਿ ਸਾਰੇ ਜਣੇ ਇੱਥੋਂ ਹੀ ਆਪਣੀ ਫਾਈਲ ਲਵੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਭੀਕਰਨ ਖਾਨਾ, ਮੈਂ ਫਿਰੋਜ਼ਪੁਰ ਡਿਸਟ੍ਰਿਕਟ ਬਿਲੋਂਗ ਕਰਦਾ ਅਤੇ ਮੇਰੇ ਫਰੈਂਡ ਨੇ ਰੈਫਰ ਕੀਤਾ ਅਤੇ ਤਾਂ ਕਰਕੇ ਮੈਂ ਰੈਫਰ ਐਜੂ ਸਿਟੀ ਵਿਜ਼ਿਟ ਕੀਤਾ ਅਤੇ ਮੈਨੂੰ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਅਤੇ ਇਹਨਾਂ ਨੇ ਇਹਨਾਂ ਦੇ ਅਕੋਰਡਿੰਗ ਚੱਲਣ ਨਾਲ ਮੇਰਾ ਵੀਜ਼ਾ ਅੱਜ 3 ਮਹੀਨੇ ਪਹਿਲਾਂ ਹੀ ਆ ਚੁੱਕਾ। ਸੋ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ। ਥੈਂਕ ਯੂ ਬੱਚੇ, ਥੈਂਕ ਯੂ, ਸ਼ਾਬਾਸ਼, ਗੋਡ ਬਲੈਸ। ਮੇਰਾ ਨਾਮ ਸ਼ਰਨਦੀਪ ਕੌਰ ਹੈ, ਮੈਂ ਇੱਥੋਂ ਰੈਫਰਸ ਤੋਂ ਆਪਣੀ ਫਾਈਲ ਲਗਵਾਈ ਹੈ ਐਂਡ ਵਿਦ ਇਨ 20 ਡੇਜ਼ ਮੇਰਾ ਵੀਜ਼ਾ ਆ ਗਿਆ। ਮੈਂ ਬਹੁਤ ਖੁਸ਼ ਹਾਂ ਅਤੇ ਅੱਜ ਓਰੀਐਂਟੇਸ਼ਨ ਆ ਕੇ ਮੈਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ। ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਪ੍ਰੀਤ ਸਿੰਘ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਵੀਜ਼ਾ ਆ ਗਿਆ ਅਤੇ ਮੇਰਾ ਵੀਜ਼ਾ ਸਿਰਫ 17 ਦਿਨਾਂ ਦੇ ਵਿੱਚ ਆ ਗਿਆ। ਇੱਕ ਮੈਨੂੰ ਬਹੁਤ ਬੜੀ ਪ੍ਰੋਬਲਮ ਸੀ ਕਿ ਮੇਰੇ ਮਾਰਕਸ ਘੱਟ ਸੀਗੇ ਮੇਰੀ 12th ਵਿੱਚੋਂ, ਪਰ ਸਰ ਨੇ ਅਤੇ ਹੋਰ ਕੌਂਸਲਰਸ ਨੇ ਮੈਨੂੰ ਵੀਜ਼ਾ ਕੌਨਫੀਡੈਂਸ ਦਿੱਤਾ ਕਿ ਇਸ ਤਰ੍ਹਾਂ ਵੀਜ਼ਾ ਮੰਗਵਾ ਕੇ ਦੇਵਾਂਗੇ ਅਤੇ ਮੇਰਾ ਵੀਜ਼ਾ ਆ ਗਿਆ। ਥੈਂਕ ਯੂ। ਥੈਂਕ ਯੂ, ਸ਼ਾਬਾਸ਼। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਨਵਜੋਤ ਕੌਰ ਹੈ ਅਤੇ ਮੇਰਾ ਵੀਜ਼ਾ ਆ ਗਿਆ ਹੁਣ ਵਿਦ ਇਨ 18 ਡੇਜ਼ ਐਂਡ ਡਗਲਸ ਕੋਲਜ ਦਾ ਆਇਆ। ਮੈਂ ਬਹੁਤ ਖੁਸ਼ ਹਾਂ। ਥੈਂਕ ਯੂ ਸਰ, ਸਾਰੀ ਟੀਮ ਬਹੁਤ ਸਪੋਰਟਿਵ ਹੈ ਅਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰੂੰਗੀ ਕਿ ਤੁਸੀਂ ਇਸ ਨੂੰ ਅੱਗੇ ਫਾਈਲ ਪ੍ਰੋਸੈਸ ਕਰੋ। ਥੈਂਕ ਯੂ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਚਿੰਦਰ ਸਿੰਘ ਹੈ ਅਤੇ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਹਾਂ ਅਤੇ ਅੱਜ ਮੈਂ ਆਪਣਾ ਵੀਜ਼ਾ ਲੈਣਾ ਆ। ਆਪਣੀ ਮੈਂ ਫਾਈਲ RFL ECD ਤੋਂ ਮੈਂ ਅਪਲਾਈ ਕੀਤੀ ਸੀ ਅਤੇ ਅੱਜ ਮੇਰਾ ਵੀਜ਼ਾ ਆ ਗਿਆ ਅਤੇ ਮੈਂ ਰਿਕਮੈਂਡ ਕਰਦਾ ਸਾਰਿਆਂ ਨੂੰ ਜਿਨ੍ਹਾਂ ਨੇ ਆਪਣਾ ਵੀਜ਼ਾ ਲੈਣਾ ਆ ਇੱਥੋਂ ਹੀ ਲਵਾਇਓ। ਥੈਂਕ ਯੂ। ਥੈਂਕ ਯੂ ਬੇਟੀ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਕਿਰਨਜੋਤ ਕੌਰ ਹੈ ਅਤੇ ਮੈਂ ਆਪਣਾ ਵੀਜ਼ਾ ਰੈਫਰਸ ਐਜੂ ਸਿਟੀ ਤੋਂ ਲਗਵਾਇਆ ਹੈ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਇਹਨਾਂ ਦੀ ਸਰਵਿਸਿਜ ਵੀ ਬਹੁਤ ਵਧੀਆ ਨੇ। ਲਾਈਕ ਇਹ ਇਨਫੋਰਮੇਸ਼ਨ ਟਾਈਮ ਟੂ ਟਾਈਮ ਪ੍ਰੋਵਾਈਡ ਕਰਦੇ ਨੇ ਅਤੇ ਮੈਂ ਚਾਹਾਂਗੀ ਤੁਸੀਂ ਵੀ ਆਪਣਾ ਵੀਜ਼ਾ ਰੈਫਰਸ ਐਜੂ ਸਿਟੀ ਤੋਂ ਲਗਵਾਓ। ਸ਼ਾਬਾਸ਼, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਿੰਦਰ ਸਿੰਘ ਆ ਅਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਕਿ ਤੁਸੀਂ ਰੈਫਰਸ ਐਜੂ ਸਿਟੀ ਤੋਂ ਹੀ ਵੀਜ਼ਾ ਲਗਵਾਓ ਕਿਉਂਕਿ ਤੁਹਾਨੂੰ ਵੀਜ਼ਾ ਤਾਂ ਮਿਲ ਜੂਗਾ ਪਰ ਜਿਹੜੀ ਸਹੀ ਗਾਈਡੈਂਸ ਹੈ ਉਹ ਰੈਫਰਸ ਐਜੂ ਸਿਟੀ ਤੋਂ ਹੀ ਮਿਲੂਗੀ। ਥੈਂਕ ਯੂ। ਸ਼ਾਬਾਸ਼, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੋਨਪ੍ਰੀਤ ਕੌਰ ਹੈ। ਮੈਂ ਪਹਿਲਾਂ ਵੀ ਬਹੁਤ ਸਾਰੇ ਕੰਸਲਟੈਂਟਸ ਗਈ ਲੇਕਿਨ ਮੈਨੂੰ ਕੋਈ ਰਿਸਪੋਂਸ ਨਹੀਂ ਮਿਲਿਆ ਉਹਨਾਂ ਕੋਲੋਂ। ਫਿਰ ਉਸ ਤੋਂ ਬਾਅਦ ਰੈਫਰਸ ਐਜੂ ਸਿਟੀ ਗਈ ਅਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ, ਵਧੀਆ ਗਾਈਡ ਕੀਤਾ ਐਂਡ ਵਿਦ ਇਨ 12 ਡੇਜ਼ ਆਈ ਗੋਟ ਮਾਈ ਵੀਜ਼ਾ ਐਂਡ ਮੈਂ ਬਹੁਤ ਖੁਸ਼ ਹਾਂ ਐਂਡ ਸਾਰਿਆਂ ਨੂੰ ਰੈਫਰ ਕਰਦੀ ਹੈ ਕਿ ਰੈਫਰਸ ਐਜੂ ਸਿਟੀ ਤੋਂ ਆਪਣਾ ਵੀਜ਼ਾ ਲਵਾਓ। ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ। ਮੇਰਾ ਨਾਮ ਵਿਕਰਮ ਸਿੰਘ ਹੈ ਜੀ, ਅੱਜ ਮੈਂ ਆਪਣਾ ਵੀਜ਼ਾ ਕਲੈਕਟ ਕਰਨਾ ਆਇਆ। ਮੇਰਾ ਵੀਜ਼ਾ 40 ਡੇਜ਼ 'ਚ ਆ ਗਿਆ ਅਤੇ ਮੈਂ ਇਹ ਪ੍ਰੈਫਰ ਕਰਾਉਣਾ ਤੁਸੀਂ ਆਪਣੀ ਫਾਈਲ ਆਥੋਰਾਈਜ਼ਡ ਕੋਲ ਲਵਾਓ ਤਾਂ ਜੇ ਕਰਕੇ ਕੋਈ ਕਿਸੇ ਹੋਰ ਉੱਥੇ ਨਾਲ ਫਾਈਲ ਲਵਾਓ ਕਿਉਂਕਿ ਇੱਕ ਤਾਂ ਸਾਰਾ ਪ੍ਰੋਸੈਸ ਬੜੀ ਛੇਤੀ ਹੋਇਆ ਜੀ, ਉਹ ਫਲੈਟ ਤੋਂ ਲੈ ਕੇ ਵੀਜ਼ਾ ਰੱਖਿਆ। ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਈਸ਼ਾ ਹੁਜਾ ਹੈ। ਮੈਂ ਇੱਥੇ ਆਇਲਸ ਕੀਤੀ ਸੀ ਔਰ ਮੈਨੂੰ ਬਹੁਤ ਅੱਛੀ ਇਹਨਾਂ ਦੀ ਸਰਵਿਸਿਜ਼ ਲੱਗੀਆਂ ਔਰ ਉਸ ਤੋਂ ਬਾਅਦ ਮੈਂ ਆਪਣਾ ਵੀਜ਼ਾ ਵੀ ਇੱਥੋਂ ਹੀ ਲਗਾਇਆ ਔਰ ਅੱਜ ਮੇਰਾ ਵੀਜ਼ਾ ਆ ਗਿਆ। ਤੁਸੀਂ ਦੇਖ ਸਕਦੇ ਹੋ ਮੈਂ ਸਭ ਨੂੰ ਕਹਿ ਰਹੀ ਹਾਂ ਕਿ ਸਾਰੇ ਇੱਥੋਂ ਹੀ ਵੀਜ਼ਾ। ਥੈਂਕ ਯੂ ਬੱਚੇ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨ ਸਿੰਘ ਹੈ ਅਤੇ ਅੱਜ 21 ਦਿਨਾਂ ਬਾਅਦ ਮੇਰਾ ਵੀਜ਼ਾ ਆ ਗਿਆ। ਇੱਥੇ ਦੀ ਫਾਈਲਿੰਗ ਪ੍ਰੋਸੈਸ ਬਹੁਤ ਸਿੰਪਲ ਸੀ ਅਤੇ ਸਾਰੇ ਸਟਾਫ ਬਹੁਤ ਹੈਲਪਫੁਲ ਸੀ। ਮੈਂ ਸਾਰਿਆਂ ਨੂੰ ਇਹੀ ਰੈਕਮੈਂਡ ਕਰਦਾ ਕਿ ਉਹ ਰੈਫਰਸ ਤੋਂ ਹੀ ਆਪਣੀ ਫਾਈਲ ਲਗਵਾਉਣ। ਥੈਂਕ ਯੂ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸਿਮਰਜੀਤ ਸਿੰਘ ਹੈ, ਮੈਂ ਕਰਨੇ ਗੁਰਦਾਸਪੁਰ ਤੋਂ ਬਿਲੋਂਗ ਕਰਦਾ। ਮੈਂ ਆਪਣੀ ਫਾਈਲ ਅੰਮ੍ਰਿਤਸਰ ਬ੍ਰਾਂਚ ਤੋਂ ਬੁਲਾਈ ਸੀ ਰੈਫਰਸ ਯੂਨੀਵਰਸਿਟੀ ਤੋਂ। ਸਾਰੇ ਸਟਾਫ ਬਹੁਤ ਹੈਲਪਫੁਲ ਆ ਅਤੇ ਉਹਨਾਂ ਬਹੁਤ ਵਧੀਆ ਮੈਨੂੰ ਗਾਈਡ ਕੀਤਾ ਅਤੇ ਮੈਂ ਬਹੁਤ ਖੁਸ਼ ਹਾਂ ਅੱਜ ਮੇਰਾ ਵੀਜ਼ਾ ਹੋਇਆ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਮਨਜੀਤ ਸਿੰਘ ਹੈ ਅਤੇ ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਅੱਜ ਵੀਜ਼ਾ ਆ ਗਿਆ ਹੈ ਅਤੇ ਮੈਂ ਰੈਫਰਸ ਐਜੂ ਸਿਟੀ ਤੋਂ ਆਪਣੀ ਫਾਈਲ ਲਗਵਾਈ ਸੀ ਅਤੇ ਮੈਂ ਸਾਰਿਆਂ ਨੂੰ ਇਹ ਰਿਕਮੈਂਡ ਕਰਾਂਗਾ ਕਿ ਉਹ ਆਪਣੀ ਫਾਈਲ ਰੈਫਰਸ ਐਜੂ ਸਿਟੀ 'ਚੋਂ ਲਵਾਉਣ ਅਤੇ ਸੋ ਥੈਂਕ ਯੂ। ਥੈਂਕ ਯੂ ਬੇਟਾ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ,
ਅੱਜ ਸਾਡੇ ਨਾਲ ਸਟੂਡੈਂਟਸ ਦੇ ਪੇਰੈਂਟਸ ਜੋ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੇਗੇ ਓਰੀਐਂਟੇਸ਼ਨ ਸੈਸ਼ਨ ਤੋਂ ਬਾਅਦ। ਵੈਲਕਮ ਸਰ, ਵੈਲਕਮ ਮੈਮ। ਤੁਸੀਂ ਪਹਿਲਾਂ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਾ ਅੱਜ? ਹਾਂਜੀ, ਮੈਨੂੰ ਬਹੁਤ ਅੱਛਾ ਲੱਗਿਆ। ਮੈਂ ਇੱਥੇ ਆਇਲਸ ਕੀਤੀ ਸੀ ਔਰ ਬਹੁਤ ਅੱਛੀ ਸਰਵਿਸਿਸ ਸੀ, ਔਰ ਮੈਂ ਇੱਥੋਂ ਹੀ ਫਿਰ ਔਫਰ ਲੈਟਰ ਅਪਲਾਈ ਕੀਤੀ। ਮੈਨੂੰ ਬਹੁਤ ਅੱਛਾ ਲੱਗਿਆ, ਬਹੁਤ ਜਲਦੀ ਮੇਰੀ ਔਫਰ ਲੈਟਰ ਆ ਗਈ ਸੀ ਔਰ ਉਸ ਤੋਂ ਬਾਅਦ ਮੈਂ ਇੱਥੇ ਵੀਜ਼ਾ ਅਪਲਾਈ ਕੀਤਾ ਔਰ ਮੈਂ 13 ਡੇਜ਼ ਬਾਅਦ ਹੀ ਵੀਜ਼ਾ ਆ ਗਿਆ ਸੀ। ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਔਰ ਮੈਂ ਸਭ ਨੂੰ ਕਹਿੰਦੀ ਹਾਂ ਕਿ ਸਭ ਇੱਥੋਂ ਹੀ ਵੀਜ਼ਾ ਆਪਣਾ ਕਰਵਾਉਣ ਔਰ ਇੱਥੋਂ ਹੀ ਆਪਣਾ ਫਿਊਚਰ ਕਰਨ, ਕਿਉਂਕਿ ਅੱਜ ਤੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਅਗਰ ਆਪਾਂ ਕੁਛ ਕਰਨਾ ਤਾਂ ਆਪਾਂ ਉੱਥੇ ਜਾ ਕੇ ਕੁਛ ਸਕਸੈਸਫੁਲ ਬਣੀਏ ਤਾਂ ਕਿ ਪੇਰੈਂਟਸ ਨੂੰ ਪ੍ਰਾਊਡ ਕਰੇ। ਸਰ, ਤੁਸੀਂ ਕੁਛ ਕਹਿਣਾ ਚਾਹੋਗੇ? ਬਹੁਤ ਅੱਛਾ ਲੱਗਿਆ ਯਾਰ, ਆਮੀਨ। ਥੈਂਕ ਯੂ ਸੋ ਮੱਚ। ਥੈਂਕ ਯੂ। ਤੁਸੀਂ ਮੈਡਮ, ਤੁਹਾਨੂੰ ਰੈਫਰੈਂਸ ਦੇ ਓਰੀਐਂਟੇਸ਼ਨ ਪ੍ਰੋਗਰਾਮ ਚ ਆ ਕੇ ਕਿਦਾਂ ਦਾ ਲੱਗਿਆ? ਸਾਨੂੰ ਬਹੁਤ ਵਧੀਆ ਲੱਗਾ ਕਿ ਇੱਥੇ ਸਾਡੇ ਬੱਚੇ ਦੇ ਕਾਫੀ ਦੇਰ ਤੋਂ 6 ਮਹੀਨੇ ਹੋ ਗਏ ਬੱਚਿਆਂ ਦੇ ਲਵਾਉਂਦੇ, ਕਦੀ ਕਿਤੇ ਉਹ ਫਾਈਲ ਕਦੀ ਕਿਤੇ ਉਹ, ਅਤੇ ਸਾਨੂੰ ਨਹੀਂ ਨਾ ਕਿਤੇ ਉਹ ਰਿਸਪੋਂਸ ਮਿਲਿਆ। ਇਸ ਕਰਕੇ ਸਾਡੇ ਬੱਚਿਆਂ ਨੂੰ ਇੱਥੋਂ ਹੀ ਰੈਫਰੈਂਸ ਵਾਲਿਆਂ ਤੋਂ ਹੀ ਜ਼ਿਆਦਾ ਚੰਗਾ ਲੱਗਦਾ। ਤੁਸੀਂ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਿਆ ਸਰ ਨਾਲ ਗੱਲਾਂ ਕਰਕੇ? ਸਰ ਨੇ ਗੱਲ ਕਰਕੇ ਬਹੁਤ ਵਧੀਆ ਲੱਗਾ। ਸਰ ਨੇ ਸਾਨੂੰ ਗਾਈਡ ਕੀਤਾ ਕਿ ਸਾਨੂੰ ਉੱਥੇ ਵਰਕ 'ਤੇ ਸਟ੍ਰੈਸ ਨਹੀਂ ਦੇਣਾ ਚਾਹੀਦਾ ਜ਼ਿਆਦਾ, ਪਹਿਲਾਂ ਪੜ੍ਹਾਈ ਕਰਨੀ ਚਾਹੀਦੀ ਹੈ, ਦੈਨ ਫਿਰ ਆਪਾਂ ਲਾਈਫ ਵਿੱਚ ਸਕਸੈਸ ਪਾ ਸਕਦੇ ਹਾਂ। ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ, ਕੁਛ ਗੱਲਾਂ ਦੱਸੀਆਂ ਜਿਹੜਾ ਸਮਝ ਆਈਆਂ ਸਾਨੂੰ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਕੈਨੇਡਾ ਜਾ ਕੇ। ਬਹੁਤ ਖੁਸ਼ ਹਾਂ। ਥੈਂਕ ਯੂ, ਕੰਗ੍ਰੈਚੁਲੇਸ਼ਨਸ ਫੋਰ ਯੂਰ ਵੀਜ਼ਾ। ਅੱਜ ਸਾਡੇ ਨਾਲ ਹੈ ਕੁਛ ਪੇਰੈਂਟਸ ਜੋ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਗੇ ਓਰੀਐਂਟੇਸ਼ਨ ਸੈਸ਼ਨ ਦੇ ਬਾਅਦ। ਵੈਲਕਮ ਮੈਮ, ਵੈਲਕਮ ਸਰ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? It was really good actually. I think it's very well organized and you guys know what exactly kids should know when they're going outside of India, and they don't only concentrating on their studies but they should know what exactly they are going for. And orientation was really actually a very good education for the kids, otherwise they just are happy because they got a visa only, so they don't know what exactly they're doing with the visa. So it's really good. I really like whatever he said that. Welcome ma'am, welcome. ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਾ ਜੋ ਸੈਸ਼ਨ ਅਟੈਂਡ ਕਰਨ ਤੋਂ ਬਾਅਦ? ਮੈਨੂੰ ਸੈਸ਼ਨ ਅਟੈਂਡ ਕਰਨ ਤੋਂ ਬਹੁਤ ਖੁਸ਼ੀ ਹੋਈ। ਮੈਨੂੰ ਇਹ ਪਤਾ ਲੱਗਿਆ ਕਿ ਇਹ ਤਾਂ ਜਸਟ ਇੱਕ ਬਿਗਨਿੰਗ ਆ, ਅੱਗੇ ਜਾ ਕੇ ਮੈਂ ਹੋਰ ਵੀ ਬਹੁਤ ਕੁਛ ਕਰਨਾ ਵਾ, ਅਤੇ ਮੈਂ ਉੱਥੇ ਜਾ ਕੇ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਨਾ ਵਾ। ਜੇ ਮੇਰੀ ਪੜ੍ਹਾਈ ਹੋਈ ਤਾਂ ਹੀ ਮੈਨੂੰ ਅੱਗੇ ਵਧੀਆ ਜੋਬ ਮਿਲੂਗੀ, ਨਹੀਂ ਤਾਂ। ਮੈਮ, ਤੁਸੀਂ ਕੁਛ ਕਹਿਣਾ ਚਾਹੋਗੇ? ਹਾਂਜੀ, ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਤੋਂ। ਸਾਨੂੰ ਮਤਲਬ ਜਿਵੇਂ ਪੂਰੀ ਵਿਸ਼ਵਾਸ ਸੀ ਉਸੇ ਤਰ੍ਹਾਂ ਸਾਡਾ ਵਿਸ਼ਵਾਸ ਪੂਰਾ ਹੋਇਆ, ਅਤੇ ਸਾਨੂੰ ਅਸੀਂ ਚਾਹੁੰਦੇ ਹਾਂ ਹੋਰ ਵੀ ਬੱਚੇ ਰੈਫਰੈਂਸ ਵਾਲਿਆਂ ਦੀ ਫੈਲ ਲਵਾਉਣ, ਤਾਂ ਸਾਨੂੰ ਬਹੁਤ ਵਧੀਆ ਲੱਗਿਆ। ਇਹ ਸੀਗਾ ਜੀ ਕੁਛ ਸਕਸੈਸ ਸਟੋਰੀਜ਼ ਦਾ ਸੈਗਮੈਂਟ, ਜਿਹਦੇ ਵਿੱਚ ਰੈਫਰਲ ਐਜੂਸਿਟੀ ਦੁਆਰਾ ਦਿੱਤੀ ਗਈ ਸਰਵਿਸਿਜ਼ ਪੇਰੈਂਟਸ ਨੇ ਵੀ ਤੁਹਾਨੂੰ ਦੱਸੀਆਂ ਅਤੇ ਬੱਚਿਆਂ ਨੇ ਵੀ ਦੱਸੀਆਂ। ਤੁਸੀਂ ਕੋਈ ਵੀ ਇਹਨਾਂ ਦੁਆਰਾ ਜਾਣਕਾਰੀ ਚਾਹੁੰਦੇ ਹੋ ਕੈਨੇਡਾ ਸੰਬੰਧੀ, ਤਾਂ ਇਹਨਾਂ ਤੱਕ ਰਾਬਤਾ ਕਾਇਮ ਕੀਤਾ ਜਾ ਸਕਦਾ, ਕਿਉਂਕਿ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਕੈਨੇਡਾ ਦੇ ਵਿੱਚ ਵੀ ਇਹਨਾਂ ਦੇ ਆਫਿਸਿਜ਼ ਨੇ ਜਿੱਥੇ ਪ੍ਰੋਪਰਲੀ ਤੁਹਾਨੂੰ ਸਰਵਿਸਿਜ਼ ਦਿੱਤੀਆਂ ਜਾਂਦੀਆਂ, ਪੋਸਟ ਲੈਂਡਿੰਗ ਸਰਵਿਸਿਜ਼ ਤੱਕ ਅਵੇਲੇਬਲ ਨੇ। ਕੋਈ ਇਹਨਾਂ ਵੱਲੋਂ ਜਾਣਕਾਰੀ ਚਾਹੀਦੀ ਹੈ, ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਜਾਂ ਸੈਮੀਨਾਰ ਜਿਹੜੇ 14, 15, 16, 17 ਨੂੰ ਕਰਵਾਏ ਜਾ ਰਹੇ ਨੇ, ਉਹਨਾਂ ਵਿੱਚ ਕਿਤੇ ਵੀ ਨੇੜੇ ਪੈਂਦਾ ਡੈਸਟੀਨੇਸ਼ਨ ਉੱਥੇ ਵਿਜ਼ਿਟ ਕੀਤਾ ਜਾ ਸਕਦਾ ਹੈ। ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ, ਬਟ ਸੰਧੂ ਸਾਹਿਬ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਾਰੇ ਸਰੋਤਿਆਂ ਦਾ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।